ਸਤਿ ਸ਼੍ਰੀ ਅਕਾਲ ਹਾਂਜੀ ਜੀ, ਵੈਰੀ ਵੈਰੀ ਗੁੱਡ ਮਾਰਨਿੰਗ। ਕਿ ਆਪਣਾ ਜਿਹੜਾ ਹੁਣ ਪ੍ਰੋਜੈਕਟ ਆ ਰਿਹਾ, ਆਪਾਂ ਕਰਨਾ ਚਾਹੁੰਦੇ ਹਾਂ ਮੈਡੀਕਲ ਟੂਰਿਸਟ। ਇਹਨਾਂ ਲਈ ਮੈਡੀਕਲ ਜਦੋਂ ਟਰੈਵਲ ਕਰਦੇ, ਹੁਣ ਜੇ ਮੇਰੇ ਮੰਮੀ ਇੰਡੀਆ ਗਏ ਸੀ, ਦੰਦ ਸਾਰੇ ਇੰਡੀਆ ਤੋਂ ਹੀ ਕਰਾਉਂਦੇ ਆ, ਗੋਡੇ ਸਾਰੇ ਇੰਡੀਆ ਕਰਾਉਣਾ ਚਾਹੁੰਦੇ ਆ। ਸੋ ਲਾਈਕ ਯੂ ਨੋ, ਵੀ ਵਾਂਟ ਟੂ ਮੇਕ ਸ਼ੋਰ ਕਿ ਵੀ ਅਸੀਂ ਉਹਨਾਂ ਨੂੰ ਐਕਸੈਸ ਦੇਈਏ ਇੰਡੀਆ, ਜਿਹੜੀ ਫਿਜ਼ੀਸ਼ੀਅਨਸ ਨੇ, ਡਾਕਟਰ ਨੇ, ਹਸਪੀਟਲਸ ਨੇ, ਵੀ ਤਾਂ ਕਿ ਉਹਨਾਂ ਨੂੰ ਬੈਸਟ ਸਰਵਿਸ ਮਿਲੇ। ਆਪਾਂ ਚਾਹੁੰਦੇ ਹਾਂ ਕਿ ਆਪਣਾ ਜਿਹੜਾ ਸਿਸਟਮ ਹੈਗਾ ਉਹ ਇੰਨਾ ਸੋਹਣਾ ਬਣਿਆ ਹੋਵੇ ਕਿ ਐਵਰੀਬਡੀ ਦ ਬੈਸਟ ਟ੍ਰੀਟਮੈਂਟ ਐਂਡ ਦ ਬੈਸਟ ਪ੍ਰਾਈਸਿਸ। ਐਂਡ ਇਫ ਸਮਬਡੀ ਕੈਨ ਨਾਟ ਪੇ ਫੋਰ ਦੇਅਰ ਹੈਲਥ, ਮਤਲਬ ਜੇ ਕਿਸੇ ਤੋਂ ਨਹੀਂ ਹੈ ਨਾ ਕਰ ਹੁੰਦਾ, ਤਾਂ ਆਪਾਂ ਐਜ਼ ਅ ਕਮਿਊਨਿਟੀ, ਐਜ਼ ਅ ਸਰਵਿਸ, ਆਪਾਂ ਉਹਨਾਂ ਦੀ ਮਦਦ ਵੀ ਕਰਾਂਗੇ। ਆਮ ਲੋਕਾਂ ਨੂੰ ਇਹਦੇ ਬਾਰੇ ਪਤਾ ਚੱਲੇ ਕਿ ਮੈਡੀਕਲ ਟੂਰਿਜ਼ਮ ਇਜ਼ ਪੋਸੀਬਲ, ਤੇ ਜਿੰਨਾ ਵੀ ਉਹਨਾਂ ਦੀ ਹੈਲਥ ਦੀਆਂ ਪ੍ਰੋਬਲਮਸ ਨੇ, ਬਹੁਤ ਜ਼ਿਆਦਾ ਪ੍ਰੋਬਲਮਸ ਨੇ, ਵੀ ਆਲ ਨੋ, ਸਪੈਸ਼ਲੀ ਏਜ, ਆਫਟਰ ਸਰਟਨ ਏਜ ਬਹੁਤ ਆਉਂਦੀਆਂ ਨੇ, ਸੀਨੀਅਰਸ ਹੋ ਜਾਂਦੇ ਨੇ ਤਾਂ ਬਹੁਤ ਆਉਂਦੀਆਂ ਨੇ, ਤਾਂ ਉਹਨਾਂ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਾਉਣਾ, ਤਾਂ ਵੀ ਹੈਲਪ, ਮਤਲਬ ਆਪਣਾ ਮੇਨ ਹੈਗਾ ਵਾ ਕਿ ਵੀ ਹੈਲਪ ਪੀਪਲ ਫਾਈਂਡ ਦ ਬੈਸਟ ਡਾਕਟਰਸ, ਹੈਵ ਦ ਬੈਸਟ ਪ੍ਰਾਈਸਿਸ, ਪਲੱਸ ਇਫ ਸਮਬਡੀ ਕੈਨ ਪੇ ਫੋਰ ਦਮ, ਵੀ ਹੈਲਪ ਦਮ। ਸੋ ਇਹ ਆਪਣਾ ਮੇਨ ਹੈਗਾ ਵਾ। ਗਰੇਵਾਲ ਜੀ, ਤੁਸੀਂ ਦੱਸੋ। ਥੈਂਕ ਯੂ ਜੀ। ਅੰਜੂ ਜੀ ਸ਼ਰਮਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਹੈਲੋ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਸਤਿ ਈਵਨਿੰਗ। ਸ਼੍ਰੀ ਅਕਾਲ। ਇਟਸ ਇਵੈਂਚੁਅਲੀ ਗੁੱਡ ਟੂ ਸੀ ਐਵਰੀਬਡੀ ਟੁਗੇਦਰ। ਗਰੇਵਾਲ ਜੀ, ਆਲਵੇਜ਼ ਟਾਕ ਸੋ ਮਚ ਅਬਾਊਟ ਐਵਰੀਬਡੀ, ਆਈ ਫੀਲ ਪਰਸਨਲੀ ਆਈ ਨੋ ਯੂ ਆਲ ਫॉर ਲੌਂਗ ਟਾਈਮ। ਥੈਂਕ ਯੂ। ਇਟਸ ਅ ਵੈਰੀ ਗ੍ਰੇਟ ਕਾਜ਼ ਐਂਡ ਅ ਵੈਰੀ ਗੁੱਡ ਵਿਜ਼ਨ ਐਂਡ ਵੈਰੀ ਗੁੱਡ ਮਿਸ਼ਨ। ਐਂਡ ਆਈ ਵਿਲ ਸੇ ਕਿ ਇਸ ਟੀਮ ਨਾਲ ਜੁੜ ਕੇ ਮੈਨੂੰ ਪਰਸਨਲੀ ਵੀ ਲੱਗ ਰਿਹਾ ਕਿ ਆਈ ਹੈਵ ਗਾਟ ਅ ਮਿਸ਼ਨ ਨਾਓ, ਯੂ ਨੋ, ਆਈ ਫੀਲ ਸੋ ਗ੍ਰੇਟ, ਮਤਲਬ ਬਿਕੋਜ਼ ਹੀ ਬ੍ਰਿੰਗਸ ਐਵਰੀਬਡੀ ਟੁਗੇਦਰ ਐਂਡ ਇਟਸ ਨਾਟ ਈਜ਼ੀ। ਆਈ ਹੈਡ ਬੀਨ ਟਾਕਿੰਗ ਟੂ ਐਵਰੀਬਡੀ ਔਨ ਜ਼ੂਮ ਮੀਟਿੰਗਸ ਫॉर ਲੌਂਗ ਟਾਈਮ ਐਂਡ ਬੀਨ ਵਿਦ ਇਨ ਟੱਚ ਵਿਦ ਹਿਮ ਫॉर ਲਾਸਟ 2 ਈਅਰਸ। ਐਂਡ ਐਸ ਕਿਮੀ ਜੀ ਸੈਡ, ਆਵਰ ਮਿਸ਼ਨ ਇਜ਼ ਟੂ ਗਿਵ ਅ ਪਲੇਟਫਾਰਮ ਟੂ ਇੰਡੀਅਨਸ ਵੈਨ ਦੇ ਅਰਾਈਵ ਇਨ ਇੰਡੀਆ, ਦੇ ਫੀਲ ਸਿਕਿਓਰ, ਉਹਨਾਂ ਨੂੰ ਇਹ ਨਾ ਲੱਗੇ ਕਿ ਮੇਰੀ ਕੋਈ ਡਾਇਰੈਕਸ਼ਨ ਨਹੀਂ ਹੈ। ਦੇ ਹੈਵ ਲੀਗਲ ਸਿਸਟਮ ਦੇਅਰ ਟੂ ਹੈਲਪ ਯੂ, ਮੈਡੀਕਲ ਸਿਸਟਮ ਦੇਅਰ ਟੂ ਹੈਲਪ ਯੂ, ਔਰ ਈਵਨ ਬੈਂਕਿੰਗ ਐਂਡ ਆਲ। ਹੀ ਇਜ਼ ਸਪਰੈਡਿੰਗ ਇਟ ਆਲ ਓਵਰ ਦਾ ਇੰਡੀਆ। ਨਾਓ ਵੀ ਆਰ ਇਨ ਪੰਜਾਬ, ਬਟ ਆਈ ਥਿੰਕ ਇਵੈਂਚੁਅਲੀ ਵਿਲ ਬੀ ਆਲ ਓਵਰ ਦਾ ਇੰਡੀਆ, ਆਲ ਓਵਰ ਦਾ ਵਰਲਡ, ਵਿਚ ਇਜ਼ ਆਈ ਥਿੰਕ ਅਮੇਜ਼ਿੰਗ ਵਿਜ਼ਨ। ਐਂਡ ਆਈ ਵੈਲਕਮ ਯੂ ਆਲ ਦੇਅਰ ਟੂਡੇ ਐਂਡ ਆਈ ਐਮ ਸੋ ਗਲੈਡ ਆਮ ਪਾਰਟ ਆਫ ਦਿਸ ਟੀਮ। ਆਈ ਐਮ ਅਨਫੋਰਚੁਨੇਟਲੀ ਨਾਟ ਗੋਇੰਗ ਟੂ ਕੰਟੀਨਿਊ ਆਲ ਥਰੂ ਦਾ ਮੀਟਿੰਗ ਟੂਡੇ, because I have a flight to take to Greece today, but I'll be seeing you all the times because we are all together. Thank you, Garivalji, for bringing us all together ओके हाँ and giving us a good cause to be involved. Thank you so much. थैंक यू जी। अंजू जी, हरप्रीत जी, हरप्रीत। हाँ जी, हाँ जी, थैंक्स ऑल ऑफ यू फॉर अटेंड द मीटिंग सर। सो सारे नु सत श्री अकाल। सो ये जड़ा बहुत ही अच्छा जो गरेवाल साहब ने मीटिंग अटेंड की है और च अनाउंस करन जा रहे हैं ਵੀ ਆਲਰੇਡੀ ਜਿਹੜਾ NRIs ਦਾ ਮਾਡਲ ਹੈ ਸਾਡਾ, ਪੰਜਾਬ ਮਾਡਲ ਹੈ। ਪੰਜਾਬ ਮਾਡਲ ਦੇ ਵਿੱਚ ਸਾਡਾ ਇੱਕ ਉੱਥੇ ਆਫਿਸ ਵੀ ਖੁੱਲ ਚੁੱਕਾ ਹੈ। ਆਫਿਸ ਦੇ ਨਾਲ ਨਾਲ ਜਿਹੜਾ ਅਸੀਂ ਮੈਡੀਕਲ ਟੂਰਿਜ਼ਮ ਦੇ ਰਹੇ ਹਾਂ, ਉਹ ਟੂਰਿਜ਼ਮ ਦੇ ਵਿੱਚ ਅਸੀਂ ਬਿਲਕੁਲ ਜਿਹੜੇ NRIs ਸਾਡੇ ਨੇ ਉਹਨਾਂ ਨੂੰ ਸਪੋਰਟ ਕਰਾਂਗੇ ਤਨੋ ਮਨੋ ਔਰ ਦਿਲੋਂ। ਔਰ ਇਹ ਸਭ ਕੁਝ ਸਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਹੋਏਗਾ। ਔਰ ਇਹਦੇ ਵਿੱਚ ਜੋ ਆਲਰੇਡੀ ਪਹਿਲਾਂ ਕਿੰਮੀ ਵਰਮਾ ਜੀ ਨੇ ਐਕਸਪਲੇਨ ਕਰ ਦਿੱਤਾ ਹੈ, ਆਲਮੋਸਟ ਪੂਰਾ ਐਕਸਪਲੇਨ ਕਰਨ ਦੀ ਲੋੜ ਨਹੀਂ ਆ। ਪਰ ਫਿਰ ਵੀ ਇਹ ਜਿਹੜਾ ਉੱਥੇ ਸਾਡਾ ਪੰਜਾਬ ਮਾਡਲ ਦੇ ਨਾਲ ਜਿਹੜਾ ਅਸੀਂ ਟੈਲੀਫੋਨ ਵਗੈਰਾ ਇਸ਼ੂ ਕਰਾਂਗੇ, ਔਰ ਇਸ਼ੂ ਕਰਨ ਤੋਂ ਬਾਅਦ ਉਹਦੀ ਸਰਵਿਸ ਜਿਹੜੀ ਆ ਉਹ ਬਿਲਕੁਲ ਪ੍ਰੋਪਰ ਵੇ ਦੇ ਨਾਲ ਦਿੱਤੀ ਜਾਏਗੀ ਔਰ ਹਰ ਇੱਕ ਬੰਦਾ ਉਸ ਚੀਜ਼ ਦਾ ਜਿਹੜਾ ਉਹ ਲਾਭ ਉਠਾਏਗਾ।
ਔਰ ਐਨੀਵੇ ਕਿਸੇ ਨੂੰ ਆਪਣੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਏਗੀ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮਸ ਜਿਹੜੀ ਆ ਉਹ ਨਾ ਆਉਣੀ ਪਵੇ। ਔਰ ਬਾਕੀ ਸਾਡੇ ਨਾਲ ਜੱਸੀ ਜੋਰਾ ਸਿੰਘ ਜੀ ਬੈਠੇ ਹੋਏ ਨੇ ਪ੍ਰੋਪਰ ਉੱਥੇ, ਔਰ ਬਿਲਕੁਲ ਜੋ ਕਿ ਉਹਨਾਂ ਦੀ ਹੈਲਪ ਜਿਹੜੀ ਐਨਆਰਆਈ ਦੀ ਬਿਲਕੁਲ ਪ੍ਰੋਪਰ ਵੇ ਦੇ ਨਾਲ ਜਿਹੜਾ ਉਹ ਅਟੈਂਡ ਕਰਨਗੇ, ਔਰ ਕਿਸੇ ਨੂੰ ਕੋਈ ਵੀ ਦਿੱਕਤ ਜਿਹੜੀ ਉਹ ਨਾ ਆਈ ਜਾਏਗੀ। ਬਾਕੀ ਸਾਡੇ ਡਾਕਟਰ ਸਾਹਿਬ ਨੇ, ਪ੍ਰੋਫੈਸਰਸ ਨੇ, ਆਲ ਆਫ ਯੂ ਜਿਹੜੇ ਉਹ ਪਾਰਟ ਨੇ ਇਸ ਮੀਡੀਆ ਇਸ ਐਨਆਰਆਈ ਪ੍ਰੈਸ ਦਾ, ਔਰ ਵੱਧ ਤੋਂ ਵੱਧ ਆਪਣਾ ਜਿਹੜਾ ਸਹਿਯੋਗ ਦੇ ਰਹੇ ਨੇ। ਔਰ ਥੈਂਕ ਯੂ ਅਗੇਨ ਆਲ ਆਫ ਯੂ ਅਟੈਂਡ ਦਾ ਮੀਟਿੰਗ ਟੂਡੇ। ਓਕੇ, ਥੈਂਕ ਯੂ ਜੀ, ਥੈਂਕ ਯੂ ਹਰਪ੍ਰੀਤ ਜੀ। ਲਾਹੌਰ ਨੇ ਆਪਣੇ ਬੜੀ ਇਹਨਾਂ ਨੇ ਪ੍ਰੈਕਟਿਸ ਕੀਤੀ ਆ, ਹੁਣ ਇੱਥੇ 10 ਸਾਲ ਤੋਂ ਇੱਥੇ ਨੇ, ਔਰ ਅੰਮ੍ਰਿਤਸਰ ਤੋਂ ਬੈਕਗ੍ਰਾਉਂਡ ਤੋਂ। ਹਰਪ੍ਰੀਤ ਜੀ ਥੈਂਕ ਯੂ। ਲੇਡੀਜ਼ ਐਂਡ ਜੈਂਟਲਮੈਨ, ਮੈਂ ਇਹਨਾਂ ਨੂੰ ਕੋਸ਼ਿਸ਼ ਕਰਾਂਗਾ ਪ੍ਰੋਗਰਾਮ ਥੋੜ੍ਹਾ ਇੰਗਲਿਸ਼ ਵੀ ਚੱਲਦਾ ਰਹੇ, ਪੰਜਾਬੀ 'ਚ ਵੀ ਚੱਲਦਾ ਰਹੇ, ਤਾਂ ਕਿ ਸਾਰਾ 100% ਪੰਜਾਬੀ ਦੇ ਵਿੱਚ ਥੋੜ੍ਹਾ ਜਿਹਾ ਠੀਕ ਨਹੀਂ ਰਹੇਗਾ। ਜਿਹੜਾ ਪੰਜਾਬ ਮਾਡਲ ਅਸੀਂ ਬਣਾਇਆ ਹੈਗਾ ਪੰਜਾਬ ਦੇ ਵਿੱਚ, ਉਹਦੇ ਵਿੱਚ ਰੀਅਲ ਸਟੇਟ, ਮੌਰਗੇਜ, ਸਾਰੇ ਡਾਕਟਰ, ਐਵਰੀਥਿੰਗ ਦੇਅਰ। ਵੀ ਹੈਵ ਮੋਰ ਦੈਨ 50 ਬਹੁਤ ਟੌਪ ਦੇ ਲਾਅਰ, ਓਨੈਸਟ ਲਾਅਰਸ ਨੇ, ਕੋਈ ਅੰਮ੍ਰਿਤਸਰ, ਜਲੰਧਰ, ਸਾਰੇ ਦੀਆਂ ਫੋਟੋਆਂ ਲੱਗੀਆਂ ਹੋਈਆਂ, ਸਭ ਦੀ ਬਾਇਓਗ੍ਰਾਫੀ, ਟੈਲੀਫੋਨਸ ਦੇ ਆ। 7 ਜਗ੍ਹਾ ਨੇ ਅਸੀਂ ਸਿਲੈਕਟ ਕੀਤੀਆਂ, ਮੋਹਾਲੀ, ਜਲੰਧਰ, ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਹਰ ਇੱਕ ਸ਼ਹਿਰ ਦੇ ਵਿੱਚ ਦੋ ਦੋ ਹੋਸਪਿਟਲ, ਦੋ ਦੋ ਡਾਕਟਰ ਸਪੈਸ਼ਲਾਈਜ਼ਡ, ਔਰ ਦੋ ਦੋ ਡੈਂਟਿਸਟ। ਇਹ ਤਾਂ ਗਰੰਟਡ ਆ ਨਾ, ਉਹਨਾਂ ਤੋਂ ਸਰਵਿਸ ਮਿਲੇਗੀ। ਦੇ ਆਰ ਅਪੁਆਇੰਟਡ ਬਾਈ ਅਸ, ਮੀਨਸ ਅਸੀਂ ਉਹਨਾਂ ਦੀ ਇਮਾਨਦਾਰੀ, ਉਹਨਾਂ ਦਾ ਪਿਆਰ, ਇਮਾਨਦਾਰ ਬਹੁਤ ਨੇ ਇੰਡੀਆ ਦੇ ਵਿੱਚ, ਸਾਡੇ ਕਦੇ ਕਦੇ ਨਾਇਰ ਸਾਹਿਬ ਨਾਲ ਮੇਰੀ ਗੱਲਬਾਤ ਹੋ ਜਾਂਦੀ ਹੈ, ਬੜੇ ਅਸੀਂ ਇੱਥੇ ਵੀ ਬੜੀ ਬੇਈਮਾਨੀ ਚੱਲਦੀ ਹੈ ਸਾਰੀ ਜਗ੍ਹਾ ਤੇ, ਪਰ ਸਟਿਲ ਵੀ ਹੈਵ ਅ ਗੁੱਡ ਨੈਟਵਰਕ, ਵੀ ਨੀਡ ਟੂ ਬੀ ਲਾਈਨ ਦੇ ਵਿੱਚ ਲੋਕਾਂ ਨੂੰ ਲੈ ਕੇ ਆਉਣਾ, ਦੈਟਸ ਵੀ ਆਰ ਡੂਇੰਗ ਨਾਓ। ਸੋ ਆਲਰੇਡੀ 2 ਸਾਲ ਤੋਂ, 2 ਈਅਰ, ਜਸਟਿਸ ਜੋਰਾ ਸਿੰਘ ਜੀ ਨਾਲ ਇਹ ਮੇਰਾ ਜਿਹੜਾ ਡਰੀਮ ਸੀਗਾ, ਇਹ ਮੈਡੀਕਲ ਟੂਰਿਜ਼ਮ, ਮੈਡੀਕਲ ਟੂਰਿਜ਼ਮ ਫਸਟ ਸਟੈਪ ਹੈਗਾ, ਸੈਕਿੰਡ ਸਟੈਪ ਤੋਂ ਕਿ ਜਿੰਨੇ ਸਾਡੇ ਹੋਸਪਿਟਲ ਨੇ, ਡੈਂਟਿਸਟ ਆ, ਉਹਨਾਂ ਨੂੰ, ਉਹਨਾਂ ਕੋਲ ਕੋਈ ਵੀ ਸਾਡਾ ਐਨਆਰਆਈ ਜਾਏਗਾ ਥਰੂ ਅਵਰ ਸਿਸਟਮ, ਥਰੂ ਅਵਰ ਆਫਿਸ ਫਰੋਮ ਮੋਹਾਲੀ। ਜੋਰਾ ਸਿੰਘ ਨੇ ਆਲਰੇਡੀ ਮੋਹਾਲੀ ਦਾ ਜ਼ਿੰਮੇਵਾਰੀ ਲਈ ਹੈਗੀ ਆਫਿਸ ਦੀ, ਅਸੀਂ ਉੱਥੇ ਹੁਣ ਬੰਦੇ ਹਾਇਰ ਕਰਨੇ ਆ, ਉਹਦਾ ਦੇ ਵਿਲ ਗਿਵੇ ਲਾਈਕ 800 ਸਰਵਿਸਿਸ। ਸੋ ਸਾਡੀ ਨਿਗਾਹ ਰਹੇਗੀ ਕਿ ਕੋਈ ਵੀ ਜਿਹਨੂੰ ਸਰਵਿਸ ਅੱਛੀ ਮਿਲਦੀ ਰਹੇ, ਰੀਜ਼ਨੇਬਲ ਪ੍ਰਾਈਸ। ਸੋ ਮੇਕਿੰਗ ਅ ਸ਼ਾਰਟ ਸਟੋਰੀ, ਟਾਈਮ ਬੜਾ ਘੱਟ ਆ, ਮੈਂ ਦੋ ਛੇ ਛੇਤੀ ਖਤਮ ਕਰ ਰਿਹਾ ਤਾਂ ਕਿ ਬਾਕੀਆਂ ਨੂੰ ਵੀ ਟਾਈਮ ਮਿਲੇਗਾ। ਉਹਦੇ ਵਿੱਚ ਅਸੀਂ ਕੋਸ਼ਿਸ਼ ਹੈਗੀ ਆ ਕਿ ਜਸਟਿਸ ਜੋਰਾ ਸਿੰਘ ਦਾ ਮੈਂ ਬੜਾ ਥੈਂਕ ਯੂ ਕਰਦਾ, ਔਰ ਪਰਮਾਤਮਾ ਨੇ ਇਹਨਾਂ ਨੂੰ ਸਾਡੇ ਪੇਨ ਨੂੰ ਔਰ ਸਾਡੇ ਜਿਹੜੇ ਲੋਕਾਂ ਦੀਆਂ ਡਿਫੀਕਲਟੀ ਨੂੰ ਅੰਡਰਸਟੈਂਡ ਕਰਕੇ ਜਿਹੜੇ ਇਹਨਾਂ ਨੇ ਫੇਸ ਕਰਦੇ ਨੇ ਔਰ ਸਮਝਿਆ, ਇਹ 2-2.5 ਸਾਲ ਤੋਂ ਦਿਨ ਰਾਤ ਲਾ ਕੇ, ਅਤੇ ਇਹਨਾਂ ਨੇ ਆਪਦੇ ਨੈੱਟਵਰਕ ਦੇ ਵਿੱਚ ਅਸ਼ੋਕ ਨਾਇਰ ਜੀ ਔਰ ਜਲੰਧਰ ਤੋਂ ਆਪਣੇ ਬਿਰਦੀ ਜੀ ਨੇ, ਔਰ ਬੜੇ ਅੱਛੇ ਅੱਛੇ ਬੰਦੇ ਕੰਮ ਕਰੇ, 7 ਸਾਡੇ ਕੋਲ ਪ੍ਰੈਜੀਡੈਂਟ, ਔਰ ਇਹ ਉਹਨਾਂ ਨੂੰ ਸਰਵਿਸ ਦੇਣ ਲਈ ਤਿਆਰ ਹੈਗੇ ਆ। ਕਿ ਜਿਹੜੀ ਸਾਡੀ ਐਨਆਰਆਈ ਪ੍ਰੈਸ ਹੈਗੀ ਆ, ਦਿਸ ਇਜ਼ 24 ਆਵਰ ਸਰਵਿਸਿਸ, ਔਰ ਇਹਦਾ ਪਰਪਸ ਇਹ ਹੈਗਾ, ਵੀ ਆਰ ਨੋਟ ਰਨਿੰਗ ਲਾਈਕ ਮੀਡੀਆ ਅਦਰ ਪੀਪਲ, ਟੂ ਪ੍ਰੋਟੈਕਟ ਐਂਡ ਸਰਵ ਐਨਆਰਆਈਜ਼, ਦਿਸ ਇਜ਼ ਅਵਰ ਮਿਸ਼ਨ, ਦਿਸ ਇਜ਼ ਅਵਰ ਗੋਲ, ਦਿਸ ਇਜ਼ ਅਵਰ ਵਿਜ਼ਨ, ਇਹਨੂੰ ਕੁਛ ਵੀ ਕਹੀ ਜਾਓ, ਦਿਸ ਇਜ਼ ਅ ਗਰਾਂਟਡ, ਵੀ ਨੈਵਰ ਸਟੋਪ ਇਟ। ਅਸੀਂ ਬਿਲਕੁਲ ਬੈਠਣਾ ਨਹੀਂ ਹੈਗਾ, ਐਨਆਰਆਈ ਦੇ ਨਾਲ ਧੱਕਾ ਬਹੁਤ ਹੋ ਰਹੇ ਨੇ, ਕੋਈ ਬੰਦੇ ਇੱਥੋਂ ਚੈਰਟੀਆਂ ਦੇ ਕੰਮ ਹੋਸਪਿਟਲ ਬਣਾ ਰਹੇ ਆ, ਉਹਨਾਂ ਦੇ ਹੋਸਪਿਟਲ ਕਈ ਬੰਦੇ ਦੱਬ ਰਹੇ ਨੇ, ਵਕੀਲ ਬਣਦੇ ਬੈਠੇ, ਦਰਸ਼ਨ ਗਰੇਵਾਲ ਜੀ ਨੂੰ ਪਤਾ ਹੈਗਾ, ਅਸੀਂ ਗੱਲ ਕਰ ਸੀ ਪਿਛਲੀ ਵਾਰੀ, ਬੜੀ ਸ਼ਰਮ ਵਾਲੀ ਗੱਲ ਆ, ਇੱਕ ਬੰਦਾ ਚੈਰਟੀਆਂ ਦੇ ਰਿਹਾ ਸਾਰੀ ਕਮਾਈ ਕਰਕੇ, ਅਫਰੀਕਾ ਤੋਂ ਆ ਕੇ, ਇੰਗਲੈਂਡ ਤੋਂ ਆ ਕੇ ਇੱਥੇ ਆ ਕੇ, ਇੱਕ ਬੰਦਾ ਉੱਥੇ ਦੱਬਣ ਦੀ ਕੋਸ਼ਿਸ਼ ਕਰ ਰਿਹਾ। ਇੰਡੀਆ ਦੇ ਵਿੱਚ ਜਿਹੜਾ ਮਾਡਲ ਬਣਾਇਆ ਹੈਗਾ, ਉਹ ਮਾਡਲ ਦਾ, ਪੰਜਾਬ ਮਾਡਲ ਦਾ ਪਰਪਸ ਇਹ ਹੈਗਾ ਕਿ ਮੈਡੀਕਲ ਟੂਰਿਜ਼ਮ ਪਲੱਸ ਐਨਆਰਆਈ ਪ੍ਰੈਸ, ਜਿਹੜਾ ਮੀਡੀਆ ਇਨ, ਵੀ ਆਰ ਐਸਟੈਬਲਿਸ਼ ਆਲਸੋ ਦਿਸ ਐਂਕਰ ਹਾਇਰ ਕਰਕੇ, ਵੀ ਵਿਲ ਮੇਕ ਆਨ ਡਿਬੇਟਸ। ਡਿਬੇਟ ਦਾ ਮਤਲਬ ਇਹ ਹੋਏਗਾ ਸਿਰਫ ਅਸੀਂ ਜਿਹੜੇ ਜਿਹੜੇ ਬੰਦੇ ਇਸ਼ੂ ਤੇ ਗੱਲ ਕਰਦੇ ਆ, ਉਹਨਾਂ ਦੀ ਡਿਬੇਟਾਂ ਲੈ ਕੇ ਆ ਜਾਣਗੇ,
ਔਰ ਜਿਵੇਂ ਜੀ ਅੰਜੂ ਸ਼ਰਮਾ ਜੀ ਨਾਲ ਮੈਂ ਗੱਲ ਕਰ ਕਿਮੀ ਜਾਣਾ ਵੀ ਅਸੀਂ ਚੰਗੇ ਚੰਗੇ ਟੌਪ ਤੇ ਕਰਾਂਗੇ, ਸਿਹਤ ਕਿਸ ਤਰ੍ਹਾਂ ਰੱਖਣੀਆਂ ਨੇ ਚੀਜ਼ਾਂ, ਮੈਡੀਕਲ ਡਾਕਟਰਾਂ ਨੂੰ ਲਿਆ ਕੇ ਐਵਰੀਥਿੰਗ ਵੀ ਵਿਲ ਟ੍ਰਾਈ ਟੂ ਬ੍ਰਿੰਗ ਦੈਟ। ਅੱਗੇ ਸੈਕੰਡ ਹੈਗਾ ਵਾਰਡ ਨਾਈਟ, ਜੋਰਾ ਸਿੰਘ ਜੀ ਨੇ ਔਰ ਕਿਮੀ ਜੀ ਨੇ, ਵਰਮਾ ਜੀ ਨੇ ਜ਼ਿੰਮੇਵਾਰੀ ਲਈ ਹੈਗੀ ਆ ਕਿ ਅਸੀਂ NRA ਵਾਰਡ ਨਾਈਟ ਮਨਾਵਾਂਗੇ ਇੱਕ ਇੰਡੀਆ ਦੇ ਵਿੱਚ ਅਕਤੂਬਰ ਦੇ ਵਿੱਚ, ਵੀ ਆਰ ਪਲੈਨਿੰਗ ਟੂ ਡੂ ਇਟ, ਜਿਹਦੇ ਵਿੱਚ ਜਿੰਨੇ NRA ਵਰਲਡ ਵਾਈਡ ਬੈਠੇ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਣਗੇ ਜਿਨ੍ਹਾਂ ਨੇ ਕੌਮ ਦਾ ਕੁਝ ਕੀਤਾ ਹੈਗਾ ਇੱਥੇ। ਔਰ ਉਹਨਾਂ ਨੂੰ ਕੌਣ ਦੇਗਾ ਕਿ ਵੀ ਵਿਲ ਬ੍ਰਿੰਗ ਦੈਟ, ਜਿਹੜੇ ਪੰਜਾਬ ਦੇ ਵਿੱਚ ਅੱਛੀ ਸੇਵਾ ਕਰ ਰਹੇ ਨੇ, ਜਿਸ ਤਰ੍ਹਾਂ ਅਸੀਂ ਡਾਕਟਰ ਨਾਰ ਜੀ ਨੂੰ ਪੁੱਛਾਂਗੇ ਕੌਣ ਕੌਣ ਮੈਡੀਕਲ ਦੇ ਵਿੱਚ ਹੈਲਪ ਕਰ ਰਹੇ ਆ, ਕੌਣ ਕੌਣ ਸਾਡਾ ਅੱਛੇ ਵਕੀਲ ਕੌਣ ਕਰ ਰਹੇ ਨੇ, ਉਹਨਾਂ ਨੂੰ ਅਵਾਰਡ ਉਹ ਦੇਣਗੇ। ਸੋ ਵੀ ਆਰ ਵਰਕਿੰਗ, ਨੋ ਪੋਲੀਟੀਸ਼ੀਅਨ ਵਿਲ ਬੀ ਇਨਵੋਲਵ, ਵੀ ਵਿਲ ਡੂ ਇਟ ਇਫ ਦੇ ਆਰ ਸ਼ੋਇੰਗ ਓਨੈਸਟੀ, ਬਟ ਨਾਟ ਨਾਓ, ਵੀ ਵਿਲ ਓਨਲੀ ਬੀ ਬਿਊਰੋਕਰੇਟਸ। ਜੈਸੇ ਜੋਰਾ ਸਿੰਘ ਜੀ, ਪਲੀਜ਼ ਗੋ ਅਹੈਡ। ਥੈਂਕ ਯੂ, ਗੁੱਡ ਇਵਨਿੰਗ, ਗੁੱਡ ਮਾਰਨਿੰਗ ਟੂ ਐਵਰੀਵਨ ਪਾਰਟਿਸਪੈਂਟਸ। ਥੈਂਕ ਯੂ, ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਗਰੀਵਾਲ ਸਾਹਿਬ ਨਾਲ ਕਾਫੀ ਚਿਰ ਤੋਂ ਮੇਰਾ ਚੱਲ ਰਿਹਾ ਸੀ ਪ੍ਰੋਗਰਾਮ ਵੀ, ਆਪਣੇ NRG ਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਮੇਰੇ ਸਰਵਿਸ ਦੌਰਾਨ ਔਰ ਆਫਟਰ ਸਰਵਿਸ ਰਿਟਾਇਰਮੈਂਟ ਮੈਂ ਡਿਫਰੈਂਟ ਕਮਿਸ਼ਨ ਦੇ ਵਿੱਚ ਕੰਮ ਕਰਨ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਜਿਹੜੇ NRI ਆ ਉਹਨਾਂ ਨੂੰ ਕੀ ਪ੍ਰੋਬਲਮ ਆਈ ਆ, ਉਹ ਕਿਵੇਂ ਸੋਲਵ ਹੋ ਸਕਦੀ ਆ। ਫਿਰ ਗਰੀਬ ਆਪਣੇ ਗਰੀਵਾਲ ਸਾਹਿਬ ਨਾਲ ਮੇਰੀ ਕਈ ਵਾਰੀ ਗੱਲ ਹੋਈ ਵੀ ਕਿਉਂ ਨਾ ਆਪਾਂ ਕੋਈ ਇਸ ਤਰ੍ਹਾਂ ਸਿਸਟਮ ਬਣਾਈਏ ਜਿਹਦੇ ਵਿੱਚ ਉਹ ਡਾਕਟਰ ਹੈਗੇ ਆ, ਵਕੀਲ ਹੈਗੇ ਆ, ਦੂਸਰੇ ਹੋਟਲ ਰੈਸਟੋਰੈਂਟ ਇਮੀਗ੍ਰੇਸ਼ਨ ਵਾਲੇ ਸਾਰੇ ਜਿੰਨੇ ਵੀ ਜੋ ਤੁਹਾਡੀ ਰਿਕੁਆਇਰਮੈਂਟ ਹੈਗੀ ਉਹਨਾਂ ਸਾਰਿਆਂ ਨੂੰ ਇਨਵਾਇਰਮੈਂਟ ਕਰਕੇ ਅਤੇ ਆਪਾਂ ਇੱਕ ਪ੍ਰੋਗਰਾਮ ਬਣਾਈਏ, ਸਿਸਟਮ ਬਣਾਈਏ, ਟੀਮ ਬਣਾਈਏ। ਅਤੇ ਮੈਂ ਇਹਨਾਂ ਦੇ ਮੁਤਾਬਕ ਆਪਣੇ ਜੋ ਵੀ ਓਨੈਸਟਲੀ ਕੰਮ ਕਰਦੇ ਉਹਨਾਂ ਦੇ ਵਿੱਚੋਂ ਡਾਕਟਰ, ਵਕੀਲ, ਰੈਸਟੋਰੈਂਟ ਵਾਲੇ, ਹੋਟਲਾਂ ਵਾਲੇ ਜਿੰਨੇ ਵੀ ਹੈ ਉਹਨਾਂ ਨੂੰ ਇਨਵੋਲਵ ਕੀਤਾ, CA ਹੈਗੇ ਆ, ਤਾਂ ਕਿ ਤੁਹਾਨੂੰ ਜੋ ਤੁਸੀਂ ਇੰਡੀਆ ਚਾਹੁੰਦੇ ਆ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਨਾ ਕਿ ਉਹੀ ਪ੍ਰੋਬਲਮ ਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰ ਸਕਦੇ। ਮੇਰਾ ਤਾਂ ਸਿਰਫ ਇੱਕੋ ਹੀ ਪਰਪਜ਼ ਹੈਗਾ ਵੀ ਜਿਹੜੇ NRI ਆ ਉਹਨਾਂ ਨੂੰ ਪ੍ਰੋਬਲਮ ਬਹੁਤ ਆਉਂਦੀਆਂ ਹੈਗੀਆਂ। ਲੋਕ ਜਿਹੜੇ ਪੰਜਾਬ ਦੇ ਵਿੱਚ ਜਿਹੜੇ NRI ਆਉਂਦੇ ਆ ਪੰਜਾਬੀਆਂ ਦਾ ਸਿਰਫ ਇੱਕੋ ਹੀ ਕੰਮ ਹੈਗਾ ਵੀ ਉਹਨਾਂ ਨੂੰ ਕਿਵੇਂ ਟੂ ਮਨੀ ਕਿਵੇਂ ਉਹਨਾਂ ਦਾ ਸਟਾਰਟ ਕਰਨਾ, ਇਹ ਮੇਨ ਇੰਡੀਆ ਹੈਗਾ। ਤੁਹਾਡੇ ਜਿਹੜੇ ਕਿਉਂਕਿ ਤੁਹਾਡੇ ਕੋਲ ਟਾਈਮ ਬੜਾ ਸ਼ੋਰਟ ਹੁੰਦਾ ਹੈਗਾ, 2 ਮਹੀਨੇ 3 ਮਹੀਨੇ ਵਾਸਤੇ ਛੁੱਟੀ ਦੇ ਆਉਂਦੇ ਆ ਤੁਸੀਂ, ਕਿਸੇ ਨੂੰ ਮੈਡੀਕਲ ਦੀ ਪ੍ਰੋਬਲਮ ਆਈ ਦੀ ਆ, ਕੋਈ ਹੋਰ ਲੱਗੀ ਆਰਥੋ ਦੀ ਹੈਗੀ ਇਸ ਤਰ੍ਹਾਂ ਦੀ, ਅਤੇ ਉਹ ਟਾਈਮ ਬੜਾ ਸ਼ੋਰਟ ਹੋਣ ਕਰਕੇ ਤੁਸੀਂ ਬੜਾ ਪੈਸਾ ਵੀ ਖਰਚ ਕਰਦੇ ਲੇਕਿਨ ਪ੍ਰੋਪਰ ਤੁਹਾਨੂੰ ਗਾਈਡੈਂਸ ਨਹੀਂ ਮਿਲਦੀ, ਟ੍ਰੀਟਮੈਂਟ ਨਹੀਂ ਮਿਲਦੀ। ਉਸ ਪੁਆਇੰਟ ਆਫ ਵਿਊ ਨਾਲ ਅਸੀਂ ਇੱਕ ਨੈਟਵਰਕ ਬਣਾਇਆ ਹੈਗਾ ਜਿਹਦੇ ਵਿੱਚ ਤੁਹਾਡੀ ਕੋਆਪਰੇਸ਼ਨ ਬਹੁਤ ਜ਼ਰੂਰੀ ਹੈਗੀ ਆ। ਮੈਂ ਤਾਂ ਜੋ ਜਿਸ ਤਰ੍ਹਾਂ ਤੁਹਾਨੂੰ ਜੋ ਵੀ ਤੁਹਾਡੀ ਰਿਕੁਆਇਰਮੈਂਟ ਆ ਮੈਂ ਉਹਦੇ ਮੁਤਾਬਕ ਤੁਹਾਡਾ ਨਾਲ ਕਿ ਜੋ ਵੀ ਤੁਹਾਨੂੰ ਡਿਫੀਕਲਟੀ ਆਉਂਦੀ ਆਈ ਐਮ ਰੈਡੀ ਟੂ ਸੋਲਵ ਦੈਟ। ਇਸ ਕਰਕੇ ਮੇਰਾ ਤਾਂ ਸਿਰਫ ਕੋਈ ਹੈ ਵੀ ਪਰਪਸ ਹਾਊ ਟੂ ਸਰਵ ਦੀ ਪੀਪਲ, ਹਾਊ ਟੂ ਸਰਵ ਦੀ ਪੀਪਲ, ਹਾਊ ਟੂ ਸਰਵ ਦੀ NRI, ਇਹ ਮੇਰਾ। ਓਕੇ, ਥੈਂਕ ਯੂ ਜੀ ਜੋਰਾ ਸਿੰਘ ਜੀ। ਮੈਂ ਡਾਕਟਰ ਅਸ਼ੋਕ ਨਾਰਾਇਣ ਜੀ ਤੇ ਆਗਾ। ਡਾਕਟਰ ਅਸ਼ੋਕ ਨਾਰਾਇਣ ਜੀ, ਤੁਸੀਂ ਵੈਲਕਮ USA ਆ ਰਹੇ ਹੋ, ਮੈਨੂੰ ਥੋੜੀ ਗੱਲਬਾਤ ਹੋਈ ਹੈ ਪਿੱਛੇ ਬੱਚੇ ਕੋਲੇ, ਤੁਸੀਂ ਵੀ ਸ਼ੁਰੂ ਥੋੜਾ ਜਿਹਾ ਚਾਨਣਾ ਪਾ ਦਿਓ 2 ਮਿੰਟ ਜੀ। ਨਾਰ ਸਾਹਿਬ ਜੀ, ਅਸ਼ੋਕ ਜੀ, ਸਭ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਜਿਹੜਾ ਮਿਸਟਰ ਗਰੇਵਾਲ ਨੇ ਇਨੀਸ਼ੀਏਟਿਵ ਲਿੱਤਾ ਹੈ ਜਸਟਿਸ ਜੋਰਾ ਸਿੰਘ ਦੇ ਨਾਲ ਕੋਲੈਬੋਰੇਸ਼ਨ ਨਾਲ ਮੈਡੀਕਲ ਟੂਰਿਜ਼ਮ ਜਾਂ ਬਾਕੀ ਐਕਟੀਵਿਟੀਜ਼ ਬਾਰੇ ਜਿਹੜਾ ਦੱਸਿਆ ਗਿਆ, ਅਸੀਂ ਪੂਰੀ ਤਰ੍ਹਾਂ ਨਾਲ ਉਹਦੇ 'ਚ ਇਨਵੋਲਵ ਹੋ ਕੇ, ਜਿਸ ਤਰ੍ਹਾਂ ਮੈਂ ਆਲਰੇਡੀ ਕਹਿ ਚੁੱਕਾ ਹਾਂ ਕਿ ਇੰਡੀਆ ਵਿੱਚ ਸਾਰੇ ਬੰਦੇ ਅੱਛੇ ਨਹੀਂ ਹੈ, ਜਿਸ ਤਰ੍ਹਾਂ ਸਭ ਜਗ੍ਹਾ 'ਤੇ ਹੁੰਦਾ, ਨਾ ਹੀ ਸਾਰੇ ਮਾੜੇ ਹੈ। ਵੀ ਹੈਵ ਵੈਰੀ ਗੁੱਡ ਪਰਸਨਸ ਆਲਸੋ, ਕੰਪੀਟੈਂਟ ਪਰਸਨਸ ਆਲਸੋ, ਵੀ ਹੈਵ ਗੁੱਡ ਇਨਫਰਾਸਟਰਕਚਰ ਵਿਚ ਇਜ਼ ਸੇਫ ਐਂਡ ਰਿਲਾਇਬਲ, ਅਤੇ ਡੈਫੀਨੇਟਲੀ ਵੀ ਅੰਡਰਸਟੈਂਡ ਸਾਡੇ ਆਪਣੇ ਰਿਲੇਟਿਵ, ਸਾਡੇ ਆਪਣੇ ਦੋਸਤ ਯਾਰ ਦੋਸਤ ਜਿਹੜੇ ਬਾਹਰ ਹੈਗੇ ਆ, ਦੇ ਫੇਸ ਸਮ ਪ੍ਰੋਬਲਮਸ, ਅਤੇ ਅਸੀਂ ਆਪਣੇ ਆਪਣੇ ਲੈਵਲ 'ਤੇ ਵਟ ਐਵਰ ਬੈਸਟ ਵੀ ਕੈਨ ਡੂ ਐਜ਼
ਟੀਮ ਮੈਂਬਰਸ ਔਰ ਐਜ਼ ਕੋਆਰਡੀਨੇਟਰਸ ਜੋ ਬੈਸਟ ਹੋ ਸਕਦਾ ਕਰਾਂਗੇ ਐਂਡ ਡੈਫੀਨੇਟਲੀ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਓਨੈਸਟਲੀ ਪਲੱਸ ਐਟ ਏ ਕੰਪੀਟੀਟਿਵ ਰੇਟਸ ਵਿਚ ਇਜ਼ ਨੋ ਫਲੀਸਿੰਗ ਸੋ ਆਈ ਐਮ ਆਲਸੋ ਮੈਨ ਆਫ ਪ੍ਰਿੰਸੀਪਲ ਆਈ ਫੁੱਲੀ ਐਗਰੀ ਵਿਦ ਦੈਟ ਐਂਡ ਆਈ ਸ਼ਿਓਰ ਕਿ ਜੋ ਬੈਸਟ ਸਾਡੇ ਕੋਲੋਂ ਹੋ ਸਕਦਾ ਅਸੀਂ ਕਰਾਂਗੇ ਐਂਡ ਪੂਰੇ ਇਨਵੋਲਵ ਹੋ ਕੇ ਕਰਾਂਗੇ ਥੈਂਕ ਯੂ ਥੈਂਕ ਯੂ ਜੀ ਡਾਕਟਰ ਅਸ਼ੋਕ ਜੀ ਆਪਣੇ ਕੋਲ 150 ਪੀਪਲ ਰਾਈਟ ਨਾਓ ਜਸਟਿਸ ਜੋਰਾ ਸਿੰਘ ਜੀ ਨੇ ਪਿਕਚਰਾਂ ਲਾ ਕੇ ਉਹਨਾਂ ਦੇ ਟੈਲੀਫੋਨ ਬਾਇਓਗ੍ਰਾਫੀਆਂ ਐਵਰੀਥਿੰਗ ਔਨ NRI ਪ੍ਰੈਸ NRI ਇੱਕ ਲਫ਼ਜ਼ ਸਿਰਫ ਇੱਕ ਇੱਕੋ ਹੀ NRI ਪ੍ਰੈਸ ਤੁਹਾਡੇ ਸੈਲੂਲਰ 'ਤੇ ਪਾ ਕੇ ਵੀ ਦੇਖ ਸਕਦੇ ਹੋ ਥੱਲੇ ਰਾਈਟ ਵੇ ਮੈਡੀਕਲ ਟੂਰਿਜ਼ਮ ਆ ਜਾਏਗਾ ਕਲਿੱਕ ਕਰੋਗੇ ਰਾਈਟ ਵਿੱਚ ਕਹਿਣ ਕੇ ਗੱਟ ਦਾ ਟੈਲੀਫੋਨ ਈਵਨ ਅੰਮ੍ਰਿਤਸਰ ਮੈਂ ਹੁਣ ਤਾਂ ਤੁਹਾਡਾ ਹੋਸਪਿਟਲ ਹੈਗਾ ਪਰ ਦੇਖੋ ਤੁਸੀਂ ਸਪੈਸ਼ਲਾਈਜ਼ ਹਾਂ ਤੁਹਾਡੇ ਕੋਲ 80-100 ਬੈਡ ਦਾ ਜੋ ਵੀ ਹੈ ਉਹਦੇ ਵਿੱਚ ਕੀ ਹੋ ਰਿਹਾ ਐਟੋਮੈਟਿਕਲੀ ਬੰਦਾ ਕੋਈ ਬਿਮਾਰ ਹੋ ਗਿਆ ਢਿੱਲਾ ਹੋ ਗਿਆ ਤੁਹਾਡੇ ਕੋਲ ਕਾਲ ਕਰੇਗਾ ਤੁਹਾਨੂੰ ਸਰਵਿਸ ਮਿਲਣੀ ਹੈ ਰੀਜਨੇਬਲ ਪ੍ਰਾਈਸ ਹੈਗੀ ਹੈ ਦੈਟ ਇਜ਼ ਫਾਈਨ ਅਗਰ ਕੋਈ ਨਹੀਂ ਵੀ ਹੈਗੀ ਤਾਂ ਵੀ ਅਸੀਂ ਸਪੋਰਟ ਕਰਾਂਗੇ ਫਰੋਮ ਹੀਅਰ ਦੈਟ ਇਜ਼ ਨੋਟ ਬਿਗ ਪ੍ਰੋਬਲਮ ਜਸਟਿਸ ਜੋਰਾ ਸਿੰਘ ਦਾ ਟੈਲੀਫੋਨ ਬੈਠਾ ਸੋ ਵੀ ਵਿਲ ਵਰਕ ਆਨ ਦੈਟ ਦੌਰਾਨ ਓਕੇ ਜੀ ਉਹਦੇ ਨਾਲ ਆਪਣੇ ਇੰਡੀਆ ਤੋਂ ਹਾਂ ਸੋਨੀਆ ਜੀ ਨਰੰਗ ਜੀ ਮੈਂ ਤੁਸੀਂ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਸਰ ਬਹੁਤ ਅੱਛਾ ਇਨੀਸ਼ੀਏਟਿਵ ਹੈ ਸਰ ਬੋਥ ਫੇਸ ਇਟ ਵਰਕਸ ਇਟ ਇਜ਼ ਅ ਰੀਲੀ ਰੀਲੀ ਗੁੱਡ ਨੋਬਲ ਗੁੱਡ ਇਨੀਸ਼ੀਏਟਿਵ ਸਰ ਆਈ ਐਪਰੀਸ਼ੀਏਟ ਆਲ ਆਫ ਯੂ ਟੇਕਿੰਗ ਯੋਰ ਟਾਈਮ ਐਫਰਟ ਐਂਡ ਸੋ ਮਚ ਆਫ ਐਵਰੀਥਿੰਗ ਆਈ ਰੀਲੀ ਐਪਰੀਸ਼ੀਏਟ ਆਪਣੇ ਇੰਡੀਆ ਵਿੱਚ ਬਹੁਤ ਜ਼ਿਆਦਾ ਸਰ ਅੱਛੇ ਟ੍ਰੀਟਮੈਂਟਸ ਅਵੇਲੇਬਲ ਹੁੰਦੇ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਐਂਡ ਜਨਰਲੀ ਜਿੱਥੇ ਟੈਗ NRI ਦਾ ਆ ਗਿਆ ਯੈਸ ਅਬਾਊਟ 50% ਪੀਪਲ ਥਿੰਕ ਆਫ ਲੀਸਿੰਗ ਇਟਸ ਅ ਵੈਰੀ ਗੁੱਡ ਇਨੀਸ਼ੀਏਟਿਵ ਸਰ very good one treatment wise we are yes I can claim we are really better than abroad wale doctors we have the knowledge we have the equipment everything we are no way less je koi sochta hoya bhi bahar treatment acha nahi we follow same protocol we are better equipped and we are better talented I suppose I am not wrong if I say that 27 saal da mera experience hai sir ਆਸਪਾਸ ਸਾਰਾ ਦੇਖਦੀ ਹਾਂ ਬਟ ਆਈ ਕੈਨ ਡੈਫੀਨਿਟਲੀ ਕਲੇਮ ਵੀ ਆਰ ਰੀਅਲੀ ਵੈਲ ਟੈਲੈਂਟਡ ਪੀਪਲ ਸੋ ਬਹੁਤ ਅੱਛਾ ਇਨੀਸ਼ੀਏਟਿਵ ਹੈ ਸਰ ਹਾਂ ਯਾਰ ਬੈਟਰ ਨਾ ਕੋ ਐਟ ਪਾਰ ਬਿਕਾਜ਼ ਮੇਰੇ ਹਸਬੰਡ ਵੀ ਡਾਕਟਰ ਨੇ ਲਾਈਕ ਇਟ ਜਸ ਇਟਸ ਨਾਟ ਡਸ ਫੀਲ ਗੁੱਡ ਕਿ ਇੰਡੀਆ ਬੈਟਰ ਆਈ ਤੋ ਨੋ ਆਈ ਐਮ ਸੌਰੀ ਮੈਮ ਆਈ ਐਮ ਸੌਰੀ ਫॉर ਐਵਰੀਥਿੰਗ ਨੋ ਦੈਟਸ ਫਾਈਨ ਇਟਸ ਜੋ ਫ੍ਰੈਂਡ ਰੀਅਲੀ ਆਪਾਂ ਨਾ ਆਪਾਂ ਲਾਈਨ ਆਈ ਬਣਾਈ ਵੀ ਇੰਡੀਆ ਵਿੱਚ ਐਟ ਪਾਰ ਮਤਲਬ ਜਿਹੇ ਜਿਹਾ ਉਹੀ ਟ੍ਰੀਟਮੈਂਟ ਮਿਲਦਾ ਉਹੀ ਜਿਹਾ ਇੰਡੀਆ ਵੀ ਮਿਲਦਾ ਉਸ ਬਟ ਵੈਰੀ ਮੱਚ ਕੋਸਟ ਇਫੈਕਟਿਵ ਮਤਲਬ ਨਹੀਂ ਤਾਂ ਸਾਨੂੰ ਈਗੋ ਬਹੁਤ ਜ਼ਿਆਦਾ ਆ ਨਹੀਂ ਆਇਆ ਨਾ ਕਰੋ ਨਹੀਂ ਮੈਂ ਐਡ ਕਰੈਕਟ ਮੋਸਟ ਥਿੰਗ ਇਜ਼ ਕੋਸਟ ਇਫੈਕਟਿਵ ਕਿਵੇਂ ਜੀ ਮੈਂ ਐਡ ਕਰ ਦਿੰਦਾ ਹੈਗਾ ਕਿ ਇੰਡੀਆ ਦੀ $2 billion ਦੀ ਇੰਡਸਟਰੀ ਸੀ ਮੈਡੀਕਲ ਟੂਰਿਜ਼ਮ ਦੀ ਹੁਣ ਸਾਰਾ 40% ਮਦਰਾਸ ਜਾ ਰਿਹਾ ਦਿੱਲੀ ਜਾ ਰਿਹਾ ਪੰਜਾਬ ਦਾ ਟੂਰਿਸਟ ਇੰਨਾ ਹੈਗਾ ਮੇਰੇ ਕੋਲ ਹੁਣ ਗਏ ਆ ਲਾਸਟ ਵੀਕ ਬੱਚੇ ਉਹ ਉਹਨਾਂ ਦੇ ਹਸਬੈਂਡ ਵਾਈਫ ਦੋਨਾਂ ਨੇ ਅੱਖਾਂ ਦੇ ਵਿੱਚ ਲੈਂਜ ਇੱਥੇ ਵਾਲੇ ਲੈਂਜ ਮੈਂ ਵੀ ਲੈਂਜ ਪਵਾਇਆ ਸੀ ਪਿੱਛੇ ਦੇ ਉਹੀ ਪਵਾਇਆ ਉਹਨਾਂ 1.5-2 ਲੱਖ ਰੁਪਇਆ ਦਿੱਤੇ ਨੇ ਉਹ ਦੇ ਆਰ ਵੈਰੀ ਹੈਪੀ ਫਾਰ ਦੈਟ ਦੇ ਸੈਡ ਵੀ ਗੈਟ ਇਟ ਸੋ ਇਸ ਕਰਕੇ ਅੱਜ ਕੱਲ੍ਹ ਟੈਕਨੋਲੋਜੀ ਸਾਰੀ ਜਗ੍ਹਾ ਸੇਮ ਹੈਗੀ ਆ ਪਰ ਕੁਐਸਚਨ ਇਹ ਆ ਪੀਪਲ ਆਰ ਸਕੇਅਰਡ ਲਿਟਲ ਬਿਟ ਕਿਉਂਕਿ ਅਸੀਂ 75 ਸਾਲ ਦੇ ਵਿੱਚ ਜਿਵੇਂ ਪੋਲੀਟੀਕਲਾਂ ਨੇ ਕੰਮ ਖਰਾਬ ਕੀਤਾ ਨਾ ਇਹ ਸਾਡਾ ਡਾਕਟਰਾਂ ਦਾ ਵੀ ਥੋੜ੍ਹਾ ਜਿਹਾ ਕੰਮ ਖਰਾਬ ਕਰਤਾ ਇਹਨਾਂ ਨੇ ਲੋਕਾਂ ਨੇ ਦੈਟਸ ਫਾਈਨ ਇਟ ਵਿਲ ਕੰਟੀਨਿਊ ਬੜੇ ਓਨੈਸਟ ਬੰਦੇ ਨੇ ਇੰਡੀਆ 'ਚ ਨੋ ਪ੍ਰੋਬਲਮ ਓਕੇ ਜੀ ਆਪਣੇ ਪ੍ਰੋਫੈਸਰ ਸਾਹਿਬ ਗੁਪਤਾ ਸਾਹਿਬ ਮੈਂ ਇੰਡੀਆ ਤੋਂ ਪਹਿਲਾਂ ਸ਼ੁਰੂ ਕਰ ਰਿਹਾ ਗੁਪਤਾ ਸਾਹਿਬ ਜੀ ਪ੍ਰੋਫੈਸਰ ਸਾਹਿਬ ਥੈਂਕ ਯੂ ਜਸਟਿਸ ਜ਼ੋਰਾ ਸਿੰਘ ਜੀ ਫਾਰ ਇਨਵੋਲਵਿੰਗ ਮੀ ਇਨ ਦਿਸ ਗ੍ਰੇਟ ਇਨੀਸ਼ੀਏਟਿਵ ਕਿਉਂਕਿ ਜਿਹੜਾ ਵੀ ਬਾਹਰੋਂ ਆਉਂਦਾ ਸਸਪੀਸ਼ੀਅਸ ਹੁੰਦਾ
ਮੈਡਮ ਨੇ ਕਿਹਾ ਕਿ ਇੰਡੀਆ ਚ ਮਤਲਬ ਦੇ ਆਰ ਬੈਟਰ, ਆਈ ਥਿੰਕ ਇੰਡੀਆ ਚ ਜਿੰਨਾ ਕਿਓਸ ਹੈ ਨਾ ਜੀ ਹੈਲਥ ਸਰਵਿਸਿਜ਼, ਉਹ ਕਿਤੇ ਨਹੀਂ ਹੈ। ਸੋ ਇਸ ਕਰਕੇ ਜੋ ਜਸਟਿਸ ਜੋਰਾ ਸਿੰਘ ਜੀ ਇਨੀਸ਼ੀਏਟਿਵ ਲੈ ਰਹੇ ਹੈ ਟੂ ਪਿੰਨ ਪੁਆਇੰਟ ਦੀ ਗੁੱਡ ਪੀਪਲ, ਡੈਫੀਨੇਟਲੀ ਨਾਟ ਐਵਰੀ ਵਨ ਇਜ਼ ਗੁੱਡ, ਬਟ ਫਲੀਸਿੰਗ ਉਰੀ ਇੰਨੀ ਜ਼ਿਆਦਾ ਹੈ ਨਾ ਜੀ, ਮੇਰੇ ਖਿਆਲ ਕਈ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ ਆਪਦੇ ਹੋਸਪਿਟਲ 'ਚ ਬੈਠੇ। ਐਜ਼ ਏ ਹੈਲਥ ਐਕਟਿਵਿਸਟ ਆਈ ਕੈਨ ਅਸ਼ੋਰ, ਜੇ ਤੁਸੀਂ ਜਾ ਕੇ ਕਿਸੇ ਹੋਸਪਿਟਲ 'ਚ ਕਹਿ ਦਿੰਦੇ ਹੋ ਨਾ ਕਿ ਮੇਰੀ ਇੰਸ਼ੋਰੈਂਸ ਹੈਗੀ ਹੈ, ਤੁਹਾਡਾ ਬਿੱਲ ਡਬਲ ਹੋ ਜਾਂਦਾ ਉਦੋਂ ਹੀ। ਸੋ ਡੈਫੀਨੇਟਲੀ ਯੂ ਮਸਟ ਗੈਟ ਗੁੱਡ ਪੀਪਲ ਔਨ ਬੋਰਡ, ਅਦਰਵਾਈਜ਼ ਫਲੀਸਿੰਗ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਹੈ, ਕੋਈ ਗਾਈਡਲਾਈਨਸ ਫੋਲੋ ਨਹੀਂ ਕਰਦਾ, ਤੁਹਾਨੂੰ ਟ੍ਰੀਟਮੈਂਟ ਪੜ੍ਹਨ ਲੱਗੇ ਦਿੱਕਤ ਆਉਂਦੀ ਹੈ। ਸੋ ਆਈ ਮਸਟ ਕੰਪਲੀਮੈਂਟ ਡਾਕਟਰ ਜ਼ੋਰਾ ਸਿੰਘ ਜੀ, ਆਈ ਵਿਲ ਯੂ ਨੋ ਸ਼ੇਅਰ ਏ ਫਿਊ ਆਫ ਮਾਈ ਫਰੈਂਡਸ ਹੂ ਆਰ ਡੂਇੰਗ ਗੁੱਡ ਐਥੀਕਲ ਪ੍ਰੈਕਟਿਸ ਇਨ ਮਲਟੀ ਸਪੈਸ਼ਲਿਟੀ ਹੋਸਪਿਟਲਸ। ਸੋ ਡੈਫੀਨੇਟਲੀ ਮੇਰੇ ਜਿੰਨੀ ਹੈਲਪ ਦੀ ਜ਼ਰੂਰਤ ਹੋਊਗੀ, ਮੈਨੂੰ ਭਾਵੇਂ ਰਾਤ ਨੂੰ 12 ਵਜੇ ਫੋਨ ਕਰਕੇ ਪੁੱਛ ਲਓ ਕਿ ਭਾਈ ਅੰਮ੍ਰਿਤਸਰ ਹੈ ਕਿਹਦੇ ਕੋਲ ਜਾਣਾ ਹੈ, ਆਈ ਐਮ ਆਲਵੇਜ਼ ਦੇਅਰ ਫੋਰ ਸੱਚ ਐਕਟੀਵਿਟੀਜ਼। ਥੈਂਕ ਯੂ ਸਰ ਫੋਰ ਇਨਵੋਲਵਿੰਗ ਮੀ, ਬਟ ਯੂ ਮਸਟ ਗੈਟ ਗੁੱਡ ਪੀਪਲ ਔਨ ਬੋਰਡ। ਥੈਂਕ ਯੂ। ਮੈਂ ਹੁਣ ਪ੍ਰੋਫੈਸਰ ਸਾਹਿਬ ਹੁਣ ਇਹ ਚੀਜ਼ ਦਾ ਇਹ ਸਾਨੂੰ 3-6 ਮਹੀਨੇ ਦੇ ਵਿੱਚ ਯੂ ਵਿਲ ਸਰਪ੍ਰਾਈਜ਼ ਕਿ ਇੰਡੀਆ ਦਾ ਪੰਜਾਬ ਦਾ ਸਪੈਸ਼ਲੀ ਇਮੇਜ ਬਿੱਲ ਵੀ ਡਨ ਸੱਚੇ ਵੇ ਸਾਡੇ, ਕਿਉਂਕਿ ਡਰ ਹੀ ਹੁੰਦਾ ਹੁਣ ਪੁਲਿਸਮੈਨ ਹੈ ਇੱਥੇ ਅਮਰੀਕਾ ਦੇ ਵਿੱਚ, ਸਾਨੂੰ ਕਦੇ ਪ੍ਰੋਬਲਮ ਨਹੀਂ ਆਉਂਦੀ, ਨਾਲੇ ਸਾਡੇ ਫਰੈਂਡ ਨੇ ਉਹ ਕਿਸਮ ਦੇ, ਤੇ ਇਹੀ ਚੀਜ਼ ਆਪਣੀ ਫਰੈਂਡਸ਼ਿਪ ਲੋਕਾਂ ਨੂੰ ਬਣਾਉਣੀ ਆ ਸੀ ਕਿ ਤਾਂ ਕਿ ਬੰਦਾ ਜਦੋਂ ਹੋਸਪਿਟਲ ਜਾਵੇ ਉਹ ਕਹੇ ਦਿਸ ਇਜ਼ ਮਾਈ ਫੈਮਿਲੀ, ਦਿਸ ਇਜ਼ ਮਾਈ ਐਵਰੀਥਿੰਗ, ਸੋ ਵੀ ਵਿਲ ਵਰਕ ਔਨ ਦੈਟ ਵੈਰੀ ਨਾਈਸ। ਸਾਡੇ ਕੋਲ ਡਰ ਵੀ ਹੈਗੇ ਆ, ਥੋੜ੍ਹਾ ਡਰਾਬਾ ਡਰੂਬਾ ਚੱਲੇਗਾ ਬਈ, ਡਾਕਟਰ ਵੀ ਕਈ ਵਾਰ ਧੱਕਾ ਕਰਨਗੇ ਤਾਂ ਉਹਨਾਂ ਨੂੰ ਸ਼ੂ ਕੀਤਾ ਜਾ ਸਕਦਾ, ਡੋਂਟ ਵਰੀ ਅਬਾਊਟ ਦੈਟ। ਥੈਂਕ ਯੂ ਜੀ। ਓਕੇ, ਸੈਕੰਡਲੀ ਵਕੀਲ ਬੈਠੇ ਸਾਡੇ, ਓਕੇ ਜੀ, ਮੈਂ ਗੱਲ ਕਰਾਂਗਾ UK ਤੋਂ, ਚਰਨਜੀਤ ਜੀ ਤੁਸੀਂ ਸਾਡੇ ਕੋ ਫਾਊਂਡਰ ਹੋ, ਉੱਥੇ ਪਹਿਲੇ ਸਟਾਰਟਰ ਹੋ, ਉਦੋਂ ਬਾਅਦ ਫਿਰ ਮੈਂ ਆਉਣਾ ਹੈਗਾ ਦਰਸ਼ਨ ਜੀ, ਅਤੇ ਸਾਡੇ ਪੀਸ ਦਾ ਇਹਨਾਂ ਨੂੰ ਅਵਾਰਡ ਮਿਲਿਆ 23 ਦੇ ਵਿੱਚ, ਔਰ ਉਹਦੇ ਆ ਰਹੇ ਹਾਂ। ਚਰਨਜੀਤ ਗਰੇਵਾਲ ਜੀ ਪਹਿਲਾਂ ਤੁਸੀਂ ਕੋ ਫਾਊਂਡਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਐਵਰੀਵਨ, ਮੈਂ ਹੁਣ ਤਾਂ ਪੰਜਾਬ 'ਚ ਆਇਆ ਹੋਇਆ, ਜਿਹੜਾ ਸ਼ੋਰਟਕੱਟ ਇਹ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲੈ ਰਹੇ ਹਾਂ NRI ਦੇ ਵਾਸਤੇ ਮੈਡੀਕਲ ਟੂਰਿਜ਼ਮ ਬਣਾਉਣਾ ਚਾਹੁੰਦੇ ਹਾਂ, ਸਾਨੂੰ ਪਹਿਲਾਂ ਜਿਹੜੇ ਇੰਡੀਆ ਵਾਲੇ ਡਾਕਟਰਸ ਨੇ, ਇੰਡੀਆ ਦਾ ਸਿਸਟਮ ਆ, ਉਹ ਸਾਨੂੰ ਟਰੱਸਟ ਚਾਹੀਦਾ। ਟਰੱਸਟ ਜਦੋਂ ਸਾਨੂੰ ਆ ਗਿਆ, ਅਸੀਂ ਆਪਣੇ ਆਪ ਹੀ ਆਉਣਾ। ਸਰਵਿਸ ਠੀਕ ਆ, ਕੋਸਟ ਇਫੈਕਟਿਵ ਸਰਵਿਸ ਆ। ਵੇਖੋ ਮੈਂ ਇੱਥੇ ਆਇਆ ਹੋਇਆ, ਮੈਨੂੰ 3 ਮਹੀਨੇ ਹੋ ਗਏ ਆਏ ਨੂੰ, ਮੈਂ ਉੱਥੇ ਫਿਰਦਾ ਅਤੇ ਮੈਂ ਕਿਹਾ ਚੱਲ ਮੈਂ ਵੀ, ਮੇਰੇ ਕੋਈ ਕੋਈ ਗਲਾਸਿਸ ਸੀ, ਚੱਲ ਮੈਂ ਦੂਜੀਆਂ ਮੈਂ ਲਵਾ ਲਵਾਂ। ਜਦੋਂ ਮੈਂ ਗਿਆ ਤਾਂ ਉਹਨੇ ਮੈਨੂੰ ਪ੍ਰਾਈਜ਼ ਆਖਿਆ, ਮੇਰੇ ਹਿਸਾਬ ਨਾਲ 55 ਪਾਉਂਡ ਪਈਆਂ ਮੇਰੀਆਂ ਗਲਾਸਿਸ ਆ ਜਿਹੜੇ ਲੱਗੀਆਂ ਹੋਈਆਂ ਨੇ। ਅਤੇ ਦੂਜੀ ਗੱਲ, ਉਹਨਾਂ ਨੇ ਇੰਨੀ ਛੇਤੀ ਬਣਾਈਆਂ ਕਿ ਕਹਿੰਦੇ ਜੀ 3-4 ਦਿਨਾਂ ਨੂੰ ਆ ਕੇ ਲੈ ਜਾਇਓ। ਫਿਰ ਉਹਨੇ ਮੈਨੂੰ ਆਪਦਾ ਕਾਰਡ ਦੇਤਾ, ਜਿਹਦੇ 'ਤੇ ਮੇਰੀ ਸਾਰੀ ਨਿਗਾਹ ਦਾ ਲਿਖ ਕੇ ਦੇਤਾ, ਬਈ ਆਹ ਲਿਖਿਆ ਹੋਇਆ ਉੱਤੇ ਸਾਰਾ ਕੁਝ, ਡੇਟਾਬੇਸ ਬਣਾਤਾ। ਅਤੇ ਸਾਡੇ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਨਹੀਂ ਦਿੰਦੇ ਹੈਗੇ ਲਿਖ ਕੇ, ਅਤੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਬੜੀ ਐਡਵਾਂਸ ਯੂ ਗਾਇਸ, ਪਰ ਕਿਸੇ ਨੂੰ ਪਤਾ ਨਹੀਂ ਹੈਗਾ, ਕਿਉਂ ਕੋਈ ਐਕਸਪਲੋਰ ਹੀ ਨਹੀਂ ਕਰਦਾ ਹੈਗਾ। ਪਹਿਲੀ ਤਾਂ ਗੱਲ, ਅਸੀਂ ਡਰਦੇ ਹਾਂ ਕਿ ਇੱਥੋਂ ਵੀ ਕਿਉਂ ਮੈਡੀਕਲ ਕਰਾਈਏ, ਕਿਉਂ, ਕਿਉਂਕਿ ਸਾਨੂੰ ਟਰੱਸਟ ਨਹੀਂ ਹੈਗਾ। ਜਿਹੜੀਆਂ ਪਹਿਲਾਂ ਦੀ ਸਟੋਰੀਆਂ ਹੋਈਆਂ ਨੇ, ਇਹ ਹੁਣ ਆਪਾਂ ਇਹੋ ਜਿਹੇ ਡਾਕਟਰ ਇੱਥੇ ਟਰੱਸਟ ਦਵਾਈਏ ਕਿ ਸਾਡਾ ਅਸੀਂ ਇੱਕ ਫੈਮਿਲੀ ਇਹੋ ਜਿਹੀ ਬਣਾ ਲਈਏ ਕਿ ਉਹ ਮਾਨਦਾਰ 100%, ਪੈਸਿਆਂ ਦੀ ਗਰੰਟੀ ਅਸੀਂ ਦਿੰਦੇ ਹਾਂ। ਜੇ ਸਾਡਾ NRI ਭਰਾ ਕੋਈ ਪੈਸੇ ਨਹੀਂ ਦੇ ਸਕਦਾ ਹੋਊਗਾ, ਅਸੀਂ ਆਪਦੀ ਜੇਬ ਦੇ ਵਿੱਚੋਂ ਦੇ ਦਾਂਗੇ ਇਕੱਠੇ ਕਰਕੇ। ਥੈਂਕ ਯੂ।
ਹੋਰ ਇੱਧਰ ਤੁਹਾਨੂੰ ਕੀ ਕਹਿ ਸਕਦੇ ਹਾਂ। ਦਰਸ਼ਨ ਸਿੰਘ ਗਰੇਵਾਲ ਜੀ ਨੇ ਇਹ ਫਾਰਮਰ ਦਿੱਲੀ ਦੇ ਕੌਪ ਸੀਗੇ, 84 ਵੇਲੇ ਇਹ ਛੱਡ ਕੇ ਆ ਗਏ ਸੀ ਔਰ ਐਕਸ ਮੇਅਰ ਰਹੇ ਨੇ ਹੰਸਲੋ ਦੇ, ਔਰ ਯੂਨੀਅਨ ਦੇ ਵਿੱਚ ਹਾਈ ਲੈਵਲ ਦੇ ਵਿੱਚ ਇਹਨਾਂ ਦਾ ਬੜਾ ਨਾਂ ਹੈਗਾ ਇੰਗਲੈਂਡ ਦੇ ਵਿੱਚ, ਔਰ ਇਹਨੂੰ ਹਾਊਸ ਆਫ ਕਾਮਨ ਦੇ ਵਿੱਚੋਂ 2023 ਦੇ ਵਿੱਚ UK ਦੇ ਵਿੱਚ ਵਾਰਡ ਮਿਲਿਆ ਪਾਰਲੀਮੈਂਟ ਦੇ ਵਿੱਚ, ਸੋਲ ਆਫ ਇੰਡੀਆ 2023। ਦਰਸ਼ਨ ਗਰੇਵਾਲ ਜੀ, ਥੈਂਕ ਯੂ ਜੀ, ਥੈਂਕ ਯੂ ਗਰੀ ਜੀ, ਐਂਡ ਮੇਰੀ ਇਹ ਸੈਕਿੰਡ ਮੀਟਿੰਗ ਹੈ, ਲਾਸਟ ਟਾਈਮ ਦੇਰ ਵਾਸ ਇੰਟਰਵਿਊ, ਆਈ ਵਾਸ ਸੋ ਹੈਪੀ ਟੂ ਜੁਆਇਨ ਯੂ, ਕਿ ਕਾਫੀ NRI ਦੇ ਵਾਸਤੇ ਬਹੁਤ ਵੱਡੀ ਔਰਗਨਾਈਜੇਸ਼ਨ ਹੈ, ਮੈਂ ਹੈਵ ਏ ਮਲਟੀ ਟਾਈਪ ਆਫ ਐਕਸਪੀਰੀਅੰਸ ਲਾਈਫ, ਪੁਲਿਸ, ਸਪੋਰਟਸਮੈਨ ਐਂਡ ਏ ਪੋਲੀਟੀਸ਼ੀਅਨ ਇਨ UK, ਪਰ ਇੱਥੇ 3,000 ਫੈਮਿਲੀ ਮੇਰੇ ਨਾਲ ਜੁੜੀ ਹੋਈ ਆ, ਜਿਹੜੀ ਕਿ ਮੈਂ ਜਿਹਨਾਂ ਨੂੰ ਰਿਪ੍ਰਜੈਂਟ ਯੂਰਪੀਅਨ ਲੈਵਲ ਤੱਕ ਵੀ ਕੀਤਾ, ਅਤੇ NRI ਬਹੁਤ ਸਫ਼ਰ ਕਰਦੇ ਆ। ਤੁਸੀਂ ਫਸਟ ਇੱਕ ਔਰਗਨਾਈਜੇਸ਼ਨ ਬਣਾਈ ਆ ਜਸਟ ਜੋਰਾ ਸਿੰਘ ਜੀ ਦੇ ਤੁਸੀਂ ਮਿਲ ਕੇ, ਜਿਹੜੀ ਕਿ ਜਸਟ ਲੈ ਕੇ ਪੇਰੈਂਟਸ, ਜਿਹੜੇ ਜਿੱਦਾਂ ਹੁਣੇ ਬਾਈ ਗਰੇਵਾਲ ਨੇ ਗੱਲ ਕੀਤੀ ਆ, ਇਹ ਬਹੁਤ ਵੱਡਾ ਕੋਨਫੀਡੈਂਸ NRI ਨੂੰ ਆਊਗਾ, ਚਾਹੇ ਡਾਕਟਰਾਂ ਕੋਲ ਜਾਣਾ, ਚਾਹੇ ਕੋਈ ਕਿਸੇ ਦਾ ਪ੍ਰੋਪਰਟੀ ਦੀ ਪ੍ਰੋਬਲਮ ਆ, ਚਾਹੇ ਕਿਸੇ ਦੀ ਵੀ ਆ, ਯੂ ਆਰ ਲੈ ਕੇ ਪੇਰੈਂਟਸ ਟੂ NRI। ਅਤੇ ਇਹ ਔਰਗਨਾਈਜੇਸ਼ਨ ਬਹੁਤ ਅੱਗੇ, ਜਿਹੜੀ ਕਿ ਆਪਾਂ ਸੋਚ ਵੀ ਨਹੀਂ ਸਕਦੇ, ਇਹ ਗਰੋ ਕਰੂਗੀ, ਜਿਹਦੇ 'ਚ NRI ਨੂੰ ਬਹੁਤ ਜ਼ਿਆਦਾ ਕੋਨਫੀਡੈਂਸ ਦੇ ਨਾਲ ਪੇਰੈਂਟਸ ਦੀ ਤਰ੍ਹਾਂ ਲੋਕ ਤੁਹਾਨੂੰ ਅਪਰੋਚ ਕਰਨਗੇ। ਆਈ ਐਮ ਡੀਲਿੰਗ ਵਿਦ ਫਿਊ ਕੇਸਿਸ, ਆਈ ਐਮ ਗੋਇੰਗ ਟੂ ਇੰਡੀਆ ਆਫਟਰ ਡੇ ਟੁਮਾਰੋ, ਐਂਡ ਪੀਪਲ ਹੈਵ ਅ ਲੋਟ ਆਫ ਪ੍ਰੋਬਲਮਸ, ਆਈ ਵਿਲ ਇਨ ਟੱਚ ਵਿਦ ਸਰ ਜੋਰਾ ਸਿੰਘ ਜੀ, ਟੇਕ ਹਿਜ਼ ਐਡਵਾਈਸ, ਕਿਉਂਕਿ ਮੈਟਰ ਚੰਡੀਗੜ੍ਹ 'ਚ ਹੀ ਹੈ, ਅਤੇ ਪੀਪਲ ਆਰ ਸਫਰਿੰਗ NRI, ਦੇ ਹੈਵ ਨੋ ਵਨ ਬੈਕ ਹੋਮ, ਸਮ ਪੀਪਲ ਲੈਫਟ 20 ਈਅਰ ਬੈਕ, 30 ਈਅਰ ਬੈਕ, ਦੇ ਗੋਟ ਨੋ ਵਨ ਬੈਕ ਹੋਮ, ਉਹਨਾਂ ਦੀਆਂ ਪ੍ਰੋਪਰਟੀਆਂ 'ਤੇ ਕਬਜ਼ੇ ਹੋ ਰਹੇ ਨੇ, ਉਹਨਾਂ ਦੇ ਨਾਲ ਇਨਜਸਟਿਸ ਹੋ ਰਿਹਾ, ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਸਹੀ ਮਿਲਦੀ ਨਹੀਂ, ਕਿਉਂਕਿ ਦੇਰ ਇਜ਼ ਨੋ ਵਨ ਟੂ ਕਾਲ ਬੈਕ। ਹੁਣ ਘੱਟੋ ਘੱਟ ਇੱਕ ਔਰਗਨਾਈਜੇਸ਼ਨ ਆਪਾਂ ਜਿਹੜੀ ਬਣਾਈ ਹੈ ਇਹ, ਤੈਸੇ ਲੈ ਕੇ ਪੇਰੈਂਟਸ, ਪੀਪਲ ਕੈਨ ਟੋਕ ਟੂ ਅਸ, ਪੀਪਲ ਕੈਨ ਸੇ ਕਿ ਓਕੇ ਜਸਟ ਜੋਰਾ ਸਿੰਘ ਜੀ, ਗਰੇਵਾਲ ਸਾਹਿਬ, ਅਸੀਂ ਇੱਥੇ ਜਾ ਰਹੇ ਹਾਂ ਅਤੇ ਤੁਸੀਂ ਪਿੱਛੇ ਸਾਡੀ ਤੁਸੀਂ ਹੈਗੇ ਹੋ, ਕੋਨਫੀਡੈਂਸ ਹੋਊਗੀ ਬਹੁਤ ਵੱਡੀ। ਅਤੇ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ, ਭੈਣ ਜੀ ਉਹਨਾਂ ਦਾ ਵੀ ਸਾਰਿਆਂ ਦਾ, ਅਤੇ ਦੇ ਆਰ ਡੂਇੰਗ ਅ ਵੰਡਰਫੁਲ ਜੋਬ, ਐਂਡ ਆਈ ਲਵ ਟੂ ਜੁਆਇਨ ਦਿਸ ਔਰਗਨਾਈਜੇਸ਼ਨ, ਐਂਡ ਆਈ ਵਿਲ ਕੈਰੀ ਔਨ ਵਰਕਿੰਗ ਐਂਡ ਟ੍ਰਾਈ ਮਾਈ ਬੈਸਟ ਟੂ ਵੀ ਡੂ ਬੈਸਟ, ਐਂਡ ਥੈਂਕ ਯੂ ਵੈਰੀ ਮੱਚ। ਸੋ ਜਿਹੜੇ ਸਾਡੇ ਨਾਲ ਕੁਛ ਲੋਕ ਜੁੜ ਰਹੇ ਨੇ, ਉਹਨਾਂ ਦਾ ਪਰਪਜ ਇਹ ਹੈਗਾ ਕਿ ਅਸੀਂ ਕੁਛ ਕਰ ਦਈਏ, ਅਸੀਂ NRI ਹੁਣ NRI ਨਹੀਂ ਰਹੇ, NRI ਦਾ ਪਰਪਜ ਆ ਵੀ ਹੈਵ ਏ ਟੀਮ, ਵੀ ਵਾਂਟ ਟੂ ਟੈਲ ਪੰਜਾਬ ਆਲਸੋ, ਡੋਂਟ ਟੇਕ ਅ ਰਾਸ, ਕੀ ਸਾਡੀ ਸਭਾ ਬਣੀ ਹੋਈ ਆ, ਉਹਦੀ ਵੀ ਮਿਸ ਯੂਜ਼ ਹੋ ਰਿਹਾ ਸਿਸਟਮ, ਉਹਨੂੰ ਵੀ ਅਸੀਂ ਵਰਕਆਊਟ ਕਰਨਾ। ਓਕੇ ਜੀ, ਆਪਣੇ ਇੰਗਲੈਂਡ ਤੋਂ ਹੈਗੇ ਜੀ ਪ੍ਰੋਫੈਸਰ ਸਾਹਿਬ ਪ੍ਰੀਤਮ ਸਿੰਘ ਜੀ, ਸਾਡੇ ਇਕਨੋਮਿਸਟ ਦੀ ਨੌਲੇਜ ਆ, ਮੈਂ ਬੜੇ ਆਰਟੀਕਲ ਪੜ੍ਹਦਾ ਰਹਿੰਦਾ ਉਹਨਾਂ ਦੇ। ਪ੍ਰੀਤਮ ਸਿੰਘ ਜੀ, ਪ੍ਰੋਫੈਸਰ ਸਾਹਿਬ ਜੀ, ਹਾਂਜੀ, ਥੈਂਕ ਯੂ ਗਰੇਵਾਲ ਸਾਹਿਬ, ਅਤੇ ਮੈਨੂੰ ਅੱਜ ਸਹੀ ਪਤਾ ਲੱਗ ਰਿਹਾ, ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਹੈ ਪਰ ਹੁਣ ਮੈਨੂੰ ਸਹੀ ਪਤਾ ਲੱਗ ਗਿਆ ਕਿ ਜਿਹੜਾ ਤੁਸੀਂ NRI ਮੈਡੀਸਨ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ, ਵੈਰੀ ਨਾਈਸ। ਮੈਂ ਤਾਂ ਇੱਕ ਹੀ ਗੱਲ ਕਰਨੀ ਹੈ ਵਿੱਚ ਸਲਾਈਟਲੀ ਡਿਫਰੈਂਟ ਫਰੋਮ ਦਿਸ, ਕਿ ਮੈਨੂੰ ਇਹ ਲੱਗਦਾ ਕਿ ਸਾਡੀ ਕਮਿਊਨਿਟੀ ਨੇ ਬੜੀਆਂ ਪ੍ਰਾਪਤੀਆਂ ਕੀਤੀਆਂ ਬਿਜ਼ਨਸ ਦੇ ਵਿੱਚ, ਆਰਮੀ ਜਨਰਲ ਬਣਨ ਦੇ ਵਿੱਚ, ਪੁਲਿਸ ਅਫਸਰ ਬਣਨ ਦੇ ਵਿੱਚ, ਬਿਊਰੋਕ੍ਰੈਟਸ ਬਣਨ ਦੇ ਵਿੱਚ, ਸਪੋਰਟਸਮੈਨ, ਪਰ ਸਾਡੀ ਕਮਿਊਨਿਟੀ ਕੋਲ ਇੰਟਲੈਕਚੁਅਲ ਬਹੁਤ ਘੱਟ ਨੇ। ਇਹ ਅਸੀਂ ਦੇਖੋ ਅੱਜ ਦਾ ਜ਼ਮਾਨਾ ਹੈ ਜਿਹੜਾ ਉਹ ਨੈਰੇਟਿਵ ਦਾ ਜ਼ਮਾਨਾ ਹੈ, ਕਿਹਦੇ ਕੋਲ ਨੈਰੇਟਿਵ ਹੈ, ਹੂ ਇਜ਼ ਏਬਲ ਟੂ ਕੰਸਟਰਕਟ ਦੀ ਨੈਰੇਟਿਵ, ਤੁਸੀਂ ਡੋਮੀਨੇਟ ਕਰਦੇ ਹੋ ਉਹਨਾਂ ਨੂੰ। ਅਤੇ ਇਸ ਪੱਖੋਂ ਮੈਂ ਕੁਛ ਇਨੀਸ਼ੀਏਟਿਵ ਲੈ ਰਿਹਾ ਆਕਸਫੋਰਡ ਯੂਨੀਵਰਸਿਟੀ 'ਚ, ਕੋਈ ਫੈਲੋਸ਼ਿਪ ਅਸਟੈਬਲਿਸ਼ ਕਰਨ ਦੀ, ਕੋਈ ਚੇਅਰ ਅਸਟੈਬਲਿਸ਼ ਕਰਨ ਦੀ,
ਬਾਕੀ ਇਹ ਜਿਹੜਾ ਤੁਸੀਂ ਜਸ਼ ਜੁਰਾ ਸਿੰਘ ਨੇ ਕੰਮ ਕੀਤਾ ਮੈਨੂੰ ਨਹੀਂ ਪਹਿਲਾਂ ਪਤਾ ਸੀ ਇੰਨਾ, ਅਤੇ ਦੈਟਸ ਸ੍ਰੀ ਲੋਡੇਬਲ ਇਸ ਤਰ੍ਹਾਂ ਦਾ ਜਿਹੜਾ ਕੰਮ ਹੋ ਰਿਹਾ, ਔਰ ਬਾਕੀ ਸਭ ਨੇ ਉਹ ਗੱਲਾਂ ਕੀਤੀਆਂ ਹੀ ਹੈ। ਤਾਂ ਮੈਂ ਤਾਂ ਇਹੀ ਇਹੀ ਇੱਕ ਅਰਜਸ ਕਰਨੀ ਹੈ ਕਿ ਸਾਨੂੰ ਇਸ ਪਾਸੇ ਵੀ ਲੜਨਾ ਹੈ ਕਿ ਵੀ ਨੀਡ ਟੂ ਪ੍ਰੋਡਿਊਸ ਫਸਟ ਕਲਾਸ ਇਕੋਨੋਮਿਸਟ, ਫਸਟ ਕਲਾਸ ਸੋਸ਼ੋਲੋਜਿਸਟ, ਫਸਟ ਕਲਾਸ ਹਿਸਟੋਰੀਅਨ। ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਅਕਾਊਂਟੈਂਟਸ ਬਣ ਜਾਓ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਵਕੀਲ ਬਣ ਜਾਓ, ਉਹ ਠੀਕ ਹੈ ਪਰ ਦੇ ਡੋਂਟ ਐਕਚੁਲੀ ਕੰਸਟਰਕਟ ਦੀ ਨੈਰੇਟਿਵ। ਮੈਂ ਤੁਹਾਨੂੰ ਜੂਸ਼ ਕਮਿਊਨਿਟੀ ਦਾ ਐਗਜ਼ਾਮਪਲ ਦਿੰਦਾ, ਸਾਡੇ ਨੂੰ ਅੱਧੀ ਆ ਉਹ ਯੂ ਨੋ, ਔਰ ਉਹਨਾਂ ਦੇ ਪ੍ਰੋਫੈਸਰ, ਜਰਨਲਿਸਟ, ਕਮੈਂਟੇਟਰ ਸਾਰੀ ਜਗ੍ਹਾ ਡੋਮੀਨੇਟ ਕਰਦੇ ਆ, ਦੇਖ ਦੇ ਆਰ ਡੋਮੀਨੇਟਿੰਗ ਦਾ ਨੈਰੇਟਿਵ ਐਵਰੀਵੇਅਰ, ਔਰ ਉਹ ਨੈਰੇਟਿਵ ਹੈ ਜਿਹੜਾ ਆਪਣੇ ਪੋਲੀਟੀਸ਼ੀਅਨ ਨੂੰ ਅਫੈਕਟ ਕਰਦਾ ਹੈ। ਸੋ ਐਟ ਸਮ ਸਟੇਜ ਵੀ ਵਿਲ ਹੈਵ ਅ ਪ੍ਰੋਪਰ ਡਿਸਕਸ਼ਨ ਔਨ ਦਿਸ, ਬਟ ਆਈ ਜਸਟ ਵਾਂਟਡ ਟੂ ਇੰਟਰੋਡਿਊਸ ਦਿਸ। ਥੈਂਕ ਯੂ। ਥੈਂਕ ਯੂ ਜੀ ਪ੍ਰੋਫੈਸਰ ਸਾਹਿਬ। ਥੈਂਕਸ ਬ੍ਰਦਰ। ਤੁਸੀਂ ਜੂ ਦੀ ਗੱਲ ਕੀਤੀ ਆ, ਸਾਡੇ ਕੋਲੇ ਟ੍ਰਿਬਿਊਨ ਦੀ ਮਾਡਲ ਹੈਗਾ ਪਹਿਲਾਂ, ਆਪਣੇ ਮਜੀਠੀਆ ਸਾਹਿਬ 19 ਸਾਲ ਦੀ ਉਮਰ 'ਚ ਇੰਗਲੈਂਡ ਤੋਂ ਲੈ ਕੇ ਉਹਨੇ ਟ੍ਰਿਬਿਊਨ ਚਾਲ ਕੀਤਾ, ਹੁਣ ਤੱਕ ਚੱਲਦਾ ਉਹਨਾਂ ਦਾ। ਪੰਜਾਬ ਨੈਸ਼ਨਲ ਬੈਂਕ ਬਣਾਈ ਉਹਨਾਂ ਨੇ, ਹੁਣ ਤੱਕ ਚੱਲਦੀ ਆ। ਫਿਰ ਉਹ ਦਿਆਲ ਸਿੰਘ ਕਾਲਜ ਬਣਾਇਆ। ਸੋ ਵੀ ਹੈਵ ਆਲਰੇਡੀ ਪੰਜਾਬੀ, ਦੈਟ ਦਾ ਰੀਜ਼ਨ ਆਈ ਐਮ ਫਾਲੋਇੰਗ ਏ ਟ੍ਰਿਬਿਊਨ ਦੇ ਜਿਹੜੇ ਫਾਊਂਡਰ ਆ ਉਹਦੇ, ਮੈਨੂੰ ਐਨ ਆਰ ਆਈ ਪ੍ਰੈਸ ਆ ਜਿਹੜੀ ਸਾਡੀ 20 ਸਾਲ ਤੋਂ, ਪਤਾ ਨਹੀਂ ਅਸੀਂ ਬੜਾ ਕੁਛ ਕਰ ਸਕਦੇ ਸੀ, ਅਸੀਂ ਇਹਨੂੰ ਇੱਕ ਪਬਲਿਕ ਵਿੱਚ ਦੇ ਰਹੇ ਹੈਗੇ ਕਿ ਸਾਡਾ ਐਨ ਆਰ ਆਈ ਦੀ ਕਰਤਾਰ ਸਿੰਘ ਸਰਾਭਾ ਮੇਰਾ ਗੁਆਂਢੀ ਆ, ਕਿਉਂ ਨਹੀਂ ਅਸੀਂ ਕਰ ਸਕਦੇ। ਓਕੇ ਜੀ, ਨਾ ਮੈਂ ਨਿਊਜ਼ੀਲੈਂਡ ਤੋਂ, ਇੰਗਲੈਂਡ ਦਾ ਮਤਲਬ ਖਤਮ ਹੋ ਗਿਆ ਲੀਡਰ ਸਾਡੇ ਦਲਜੀਤ ਗਰੇਵਾਲ ਫਰੋਮ ਫਿਜੀ ਤੋਂ, ਇਹ ਨਿਊਜ਼ੀਲੈਂਡ ਨੂੰ ਸਾਰਾ ਕੰਟਰੋਲ ਕਰ ਰਹੇ ਵੀ ਸਾਡੇ ਕੋ ਫਾਊਂਡਰ ਨੇ ਚਾਰੇ ਪਾਸੇ, ਦਲਜੀਤ ਗਰੇਵਾਲ ਜੀ, ਦਲਜੀਤ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਵਧੀਆ ਉਪਰਾਲਾ ਜੀ ਇਹ, ਤੇ ਬਾਕੀ ਗਰੇਵਾਲ ਸਾਹਿਬ, ਚਰਨਜੀਤ ਗਰੇਵਾਲ ਤੇ ਸਰਦਾਰ ਦਰਸ਼ਨ ਸਿੰਘ ਗਰੇਵਾਲ, ਬਾਕੀ ਸਾਰਿਆਂ ਨੇ ਬਹੁਤ ਵਧੀਆ ਕਵਰ ਕਰਤਾ। ਮੇਰਾ ਖਿਆਲ ਆ ਮੈਨੂੰ ਉਹਦੇ ਉੱਤੇ ਵਾਰ ਵਾਰ ਨਹੀਂ ਜਾਣਾ ਚਾਹੀਦਾ, ਤੇ ਬਹੁਤ ਵਧੀਆ ਗੱਲ ਆ। ਤੇ ਬਾਕੀ ਜਿਹੜੇ ਹੁਣ ਇਹ ਮੈਡੀਕਲ ਦਾ ਇਸ਼ੂ ਆ ਜਿਹੜਾ ਆਪਾਂ ਇਹ ਆਪਾਂ ਸੀਰੀਅਸਲੀ ਲਿਆ, ਤੇ ਇਹਦੇ ਨਾਲ ਹੀ ਬਾਕੀ ਵੀ ਮੁੱਦਿਆਂ ਦੇ ਉੱਤੇ ਆਪਾਂ ਇਹ ਟੀਮ ਵਰਕ ਕਰਾਂਗੇ। ਤੇ ਮੇਰਾ ਖਿਆਲ ਆ ਵੀ ਸਾਰੇ ਸੂਝਵਾਨ ਨੇ ਜਿਹੜੇ ਐਨ ਆਰ ਆਈ ਦੀਆਂ ਪ੍ਰੋਬਲਮਾਂ ਤੋਂ ਸਾਰੇ ਜਾਣੂ ਨੇ, ਤੇ ਮੇਰਾ ਖਿਆਲ ਆ ਵੀ ਆਪਾਂ ਇਹਨਾਂ ਨੂੰ ਬੜੇ ਸੱਜੇ ਢੰਗ ਦੇ ਨਾਲ, ਇਹਨਾਂ ਨੂੰ ਆਪਾਂ ਇੱਕ ਦੂਜੇ ਦੀ ਮਦਦ ਦੇ ਨਾਲ ਤੇ ਇਹਨੂੰ ਜਿਹੜਾ ਪ੍ਰੋਗਰਾਮ ਨੂੰ ਅੱਗੇ ਲਿਜਾਵਾਂਗੇ। ਤੇ ਇਹਦੇ ਨਾਲ ਹੀ ਮੇਰਾ ਖਿਆਲ ਆ ਵੀ ਸਾਰਿਆਂ ਨੇ ਕਵਰ ਕੀਤਾ। ਬਾਕੀ ਜਿਵੇਂ ਸਾਡੇ ਕੋਲ ਫਾਰਮਰ ਬੈਠੇ ਨੇ, ਸਮਰਾ ਸਾਹਿਬ ਨੇ, ਬਾਕੀ ਹੋਰ ਵੱਡੇ ਵੱਡੇ ਫਾਰਮਰ ਨੇ, ਮੈਂ ਵੀ ਇਹਨਾਂ ਦੇ ਵਿੱਚ ਸ਼ਾਮਿਲ ਹਾਂ ਜੀ। ਤੇ ਬਾਕੀ ਆਪਦਾ ਵਧੀਆ ਖਾਇਆ ਕਰੋ, ਤੇ ਉਹਦੇ ਨਾਲ ਸਿਹਤ ਵੀ ਤੇ ਐਕਸਰਸਾਈਜ਼ ਦਾ ਵੀ ਖਿਆਲ ਰੱਖਿਆ ਕਰੋ। ਤੇ ਬਾਕੀ ਮੇਰਾ ਖਿਆਲ ਆ ਬਾਕੀ ਜੋ ਵੀ ਹੈਗਾ ਵਧੀਆ ਆਪਣੇ ਤਰੀਕੇ ਦੇ ਨਾਲ ਚੱਲੂਗਾ, ਤੇ ਇਹਦੇ ਨਾਲ ਹੀ ਮੇਰਾ ਖਿਆਲ ਆ ਮੈਂ ਸਾਰਾ ਕਵਰ ਕਰ ਲਿਆ। ਤੇ ਥੈਂਕ ਯੂ ਗਰੇਵਾਲ ਸਾਹਿਬ। ਥੈਂਕ ਯੂ ਦਲਜੀਤ ਗਰੇਵਾਲ ਜੀ। ਕਿਮੀ ਵਰਮਾ ਜੀ ਸਿਹਤ ਦਾ ਬਹੁਤ ਰੱਖਦੇ ਨੇ, ਇਹਨਾਂ ਕੋਲੇ ਵੱਡੇ ਲਾਇਸੈਂਸ ਨੇ, ਸਟੈਨਫੋਰਡ ਯੂਨੀਵਰਸਿਟੀ ਦੀ ਇਹ ਬੜੀ ਐਜੂਕੇਟਡ ਆ, ਔਰ ਇਹਨੇ ਕਲਾਸਾਂ ਲਾ ਕਰਨੀਆਂ ਨੇ ਸਿਹਤ ਦੀਆਂ, ਡੋਂਟ ਵਰੀ ਅਬਾਊਟ ਦੈਟ। ਓਕੇ, ਸੈਕੰਡਲੀ ਮੈਂ ਆਵਾਂਗਾ ਆਪਣੇ ਸਮਰਾ ਸਾਹਿਬ ਦੇ ਕੋਲ ਪਿੱਛੋਂ। ਤੁਸੀਂ ਕਿਹਾ ਫਾਰਮਰ ਚਰਨਜੀਤ 62 ਆ, ਹੁਣ ਉਹ ਕਿਤੇ ਮੈਨੂੰ ਲੱਗਦਾ ਵਿਆਹ ਤੇ ਸੀਗੇ ਮੇਰੇ ਨਾਲ, ਵਿਚਾਰੇ ਘੰਟੇ ਦੇ ਲੱਗੇ ਸੀ, ਹੁਣ ਡੇਟ ਹੋ ਗਿਆ ਵਿੱਚ, ਇੰਟਰਵਿਊ ਮੈਂ ਕਰ ਸਕਦਾ ਉਹਨੂੰ, ਕਰਵਾ ਸਕਦਾ ਸੀਗਾ, ਬਟ ਹੀ ਟਾਕ ਟੂ ਮੀ ਜਸਟਰਡੇ ਕਿ ਹੀ ਇਜ਼ ਆਲਸੋ ਕਮਿੰਗ। ਤੁਹਾਡੇ ਵੱਡੇ ਵੱਡੇ ਫਾਰਮਰ, 30,000 ਏਕੜ ਦਾ ਫਾਰਮ ਦਾ ਹੈਗਾ, ਉਹ ਕਰਾ ਕਿੰਗ ਬੈਠਾ, ਤੂੰ ਦਲਜੀਤ ਉੱਥੇ ਬੈਠਾ, ਸਾਡੇ ਕੋਲ ਬੜੇ ਤਗੜੇ ਤਗੜੇ ਫਾਰਮਰ ਵੀ ਹੈਗੇ ਨੇ, ਵੀ ਵਿਲ ਵਰਕ ਆਨ ਦੈਟ, ਪੰਜਾਬ ਦਾ ਚੇਂਜ ਲੈ ਕੇ ਆਵਾਂਗੇ ਥੋੜ੍ਹੀ ਜਿਹਾ ਅੱਗੇ ਫਿਊਚਰ ਵਾਸਤੇ। ਓਕੇ, ਮੈਂ ਕਿਹਦੇ ਅੱਗੇ ਆਵਾਂਗਾ ਜੀ, ਹੁਣ ਮੈਂ ਆਉਣਾ ਹੈਗਾ ਗੁਪਤਾ ਸਾਹਿਬ ਦੇ, ਸਾਡੇ ਕੋ ਫਾਊਂਡਰ ਨੇ ਇਹ ਮਿਚੀਗਨ ਦੇ, ਪ੍ਰੋਫੈਸਰ ਸਾਹਿਬ, ਹਾਂਜੀ ਮਿਚੀਗਨ ਤੋਂ ਪ੍ਰੋਫੈਸਰ ਗੁਪਤਾ ਜੀ। ਮੈਂ ਸਿਰਫ ਇਹੀ ਕਹਿਣਾ ਵੀ ਜਿਹੜਾ ਨਾਂ ਰੱਖਿਆ ਨਾ ਵਿਜ਼ਨ, ਆਉਣ ਵਾਲਾ ਟਾਈਮ ਵਿਜ਼ਨ ਦਾ ਹੀ ਹੈ ਕੰਟਰੀਆਂ 'ਚ,
ਉਹ ਚਾਹੇ ਇਕਨੋਮੀ ਦਾ ਹੈ, ਚਾਹੇ ਐਗਰੀਕਲਚਰ ਦਾ ਹੈ, ਚਾਹੇ ਮੈਡੀਕਲ ਦਾ ਹੈ। ਮੈਂ ਦੇਖ ਰਿਹਾ ਵੀ ਪ੍ਰੀਤਮ ਜੀ ਨੇ ਗੱਲ ਬਈ ਸਹੀ ਕਹੀ ਹੈ, ਜਿਹੜਾ ਸਾਡੇ ਯੂਨੀਵਰਸਿਟੀਆਂ 'ਚ ਟੈਲੈਂਟ ਸੀ ਨਾ, ਉਹ ਹੈ ਹੀ ਨਹੀਂ ਇਸ ਵੇਲੇ। ਜਿਹਨੇ ਸਾਡੇ ਮੈਡੀਕਲ ਸਾਇੰਟਿਸਟਾਂ 'ਚ ਡਾਕਟਰ ਚਟਾਨੀ PGI ਦੇ ਡਾਇਰੈਕਟਰ ਹੁੰਦੇ ਸੀ, ਉਹਨਾਂ ਕੋਲ ਬੜਾ ਜ਼ਬਰਦਸਤ ਵਿਜ਼ਨ ਸੀ। ਉਹ ਵਿਜ਼ਨ ਬਹੁਤ ਰਿਕੁਆਇਰਡ ਹੈ, ਹਰ ਫੀਲਡ 'ਚ ਰਿਕੁਆਇਰਡ ਹੈ, ਉਹਦੀ ਘਾਟ ਹੈ। ਇਹ ਜਿਹੜਾ ਆਪਣਾ ਵਿਜ਼ਨ ਹੈ ਇਹ ਵਧੀਆ ਹੈ, ਇਹਦੇ ਵਿੱਚ ਡਾਇਰੈਕਸ਼ਨ ਦੇਖੋ। ਮੈਂ ਸਮਝਦਾ ਵੀ ਅੱਜ ਦੇ ਵਰਲਡ ਦੇ ਅੰਦਰ ਨਾ ਕੋਈ ਵਿਜ਼ਨ ਜਿਹੜਾ ਹੈ ਨਾ ਉਹ ਸਟੇਟ ਤੋਂ ਬਿਨਾਂ ਨਹੀਂ ਹੋ ਸਕਦਾ, ਕਿਉਂਕਿ ਸਟੇਟ ਇੱਕ ਇੰਸਟਰੂਮੈਂਟ ਹੈ ਟੂ ਮੂਵ ਫੋਰਵਰਡ। ਮੈਂ ਸਿਰਫ ਇੱਕ ਲਾਸਟ ਪੁਆਇੰਟ ਕਹਿਣਾ ਕਿ ਮੈਂ ਇੱਥੇ ਅਬਰਾਹਿਮ ਲਿੰਕਨ ਦਾ ਡਾਕੂਮੈਂਟ ਪੜ੍ਹਿਆ, ਮੈਂ ਜੋਰਜ ਵਾਸ਼ਿੰਗਟਨ ਦਾ ਪੜ੍ਹਿਆ, ਮੈਨੂੰ ਉਹਨਾਂ ਦੇ ਡਾਕੂਮੈਂਟ 'ਚ ਰਿਲੀਜਨ ਦਾ ਨਾਂ ਹੀ ਨਹੀਂ ਨਜ਼ਰ ਆਇਆ, ਬਿਲਕੁਲ ਨਾਂ ਨਹੀਂ ਹੈ। ਇਕਨੋਮਿਕ ਐਡਮਿਨਿਸਟ੍ਰੇਸ਼ਨ ਆਫ ਮੈਨਕਾਈਂਡ, ਜਿਹਦੇ ਵਿੱਚ ਮੈਡੀਕਲ ਹੈ, ਐਜੂਕੇਸ਼ਨ ਹੈ। ਮੈਂ ਸਮਝਦਾ ਸਾਨੂੰ ਉੱਦਾਂ ਦੇ ਵਿਜ਼ਨਰੀ ਚਾਹੀਦੇ ਨੇ, ਉਹ ਸਾਡੀ ਕੰਟਰੀ ਸ਼ੋਰਟੇਜ ਹੈ, ਇਸ ਕਰਕੇ ਇਹ ਪ੍ਰੋਬਲਮ ਆ ਰਹੀ। ਥੈਂਕ ਯੂ। ਥੈਂਕ ਯੂ ਜੀ ਗੁਪਤਾ ਸਾਹਿਬ, ਤੁਸੀਂ ਤਾਂ ਬੜਾ ਸ਼ਾਰਟ ਕੰਮ ਕੀਤਾ ਹੈਗਾ ਥੋੜੇ ਲਫ਼ਜ਼ਾਂ 'ਚ। ਪਸ਼ੌਰਾ ਸਿੰਘ ਜੀ, ਮੈਂ ਤੁਸੀਂ ਪਿੱਛੋਂ ਕਵਰ ਕੇਜ ਕਰਨਾ, ਪਹਿਲਾਂ ਮੈਂ ਆਵਾਂਗਾ ਗੁਰਪਾਲ ਸਿੰਘ ਸਾਡੇ ਔਰ ਗੁਰਪਾਲ ਸਿੰਘ ਜੀ ਕੁਛ ਕਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਸਤਿਕਾਰਯੋਗ ਵਿਅਕਤੀ ਜਿਹੜੇ ਆ ਸਾਰੇ ਉਹ ਵਿੱਚ ਬੈਠੇ ਨੇ। ਗਰੇਵਾਲ ਸਾਹਿਬ ਨਾਲ ਮੇਰੀ ਹਰ ਰੋਜ਼ ਹੀ ਤਕਰੀਬਨ ਅੱਧਾ ਪੌਣਾ ਘੰਟਾ ਗੱਲ ਹੁੰਦੀ ਰਹਿੰਦੀ ਆ। ਉਹ ਇਸ ਗੱਲ 'ਤੇ ਬਹੁਤ ਦ੍ਰਿੜ ਨੇ ਕਿ ਅਸੀਂ ਇਹ ਮਾਡਲ ਜਿਹੜਾ ਬਣਾਇਆ ਵਾ ਇਹਨੂੰ ਬਹੁਤ ਕਾਮਯਾਬ ਕਰਨਾ ਵਾ, ਕਿਸੇ ਦੇ ਨਾਲ ਕੋਈ ਵੀ ਧੋਖਾ ਨਾ ਹੋਵੇ। ਜੋ NRI ਜਾਂਦਾ ਉਹਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਧੋਖਾ ਨਾ ਹੋਵੇ, ਤਾਂ ਕਿ ਜਿਹੜੇ ਸਾਡੇ NRI ਨੇ ਉਹ ਸਾਡੇ ਪੰਜਾਬ ਨੂੰ ਜਾਂ ਸਾਡੇ ਦੇਸ਼ ਨੂੰ ਪਿਆਰ ਕਰਦੇ ਰਹਿਣ। ਜਦੋਂ ਉਹਨਾਂ ਦੇ ਨਾਲ ਕੋਈ ਉੱਥੇ ਜਾ ਕੇ ਧੋਖਾ ਹੁੰਦਾ ਤਾਂ ਉਹਨਾਂ ਦਾ ਦਿਲ ਬਹੁਤ ਟੁੱਟ ਜਾਂਦਾ ਹੈ। ਉਹ ਜੋ ਆਪਦੇ ਜਾਣੇ ਦੀ ਕਾਰੋਬਾਰ ਹੈਗੇ ਆ ਜਾਂ ਹੋਰ ਆ ਜਾਂ ਉੱਥੇ ਵੀ ਉਹਨਾਂ ਨੇ ਕਾਰੋਬਾਰ ਕਰਨਾ ਕੁਝ ਵੀ, ਉਹ ਉਹਨਾਂ ਤੋਂ ਸੰਕੋਚ ਕਰ ਜਾਂਦੇ ਆ। ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਇਹ ਜਿਹੜਾ ਇੱਕ ਪਲੇਟਫਾਰਮ ਆਪਾਂ ਬਣਾ ਲਿਆ ਸਾਰਿਆਂ ਨੇ ਰਲ ਮਿਲ ਕੇ ਇਹਨੂੰ ਅੱਗੇ ਵਧਾਉਣਾ ਵਾ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ NRI ਭਰਾਵਾਂ ਨੂੰ ਵੀ ਤੁਸੀਂ ਇਹਦੇ ਵਿੱਚ ਸ਼ਾਮਿਲ ਹੋਵੋ। ਥੈਂਕ ਯੂ ਸਾਰਿਆਂ ਨੂੰ। ਓਕੇ, ਥੈਂਕ ਯੂ ਜੀ। ਸਮਰਾ ਸਾਹਿਬ ਮੇਰੇ ਕੋ ਫਾਊਂਡਰ ਵੀ ਆ, ਸਾਰਾ ਕੁਛ ਹੀ ਨੇ ਇਹ, ਸਮਰਾ ਹਰਭਜਨ ਸਮਰਾ ਜੀ। ਸਮਰਾ ਜੀ, ਹਾਂਜੀ ਹਰਭਜਨ ਸਮਰਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਗੁੱਡ ਈਵਨਿੰਗ। ਬਟ ਹੁਣ ਤੁਸੀਂ ਸਾਰੇ ਤੇ ਇੰਟੈਲੀਜੈਂਟ ਬੰਦੇ ਬੈਠੇ, ਸਾਰਿਆਂ ਨੇ ਸਾਰਾ ਕੁਛ ਕਹਿਤਾ। ਮੈਂ ਤੇ ਇੱਕ ਜਸਟ ਫਾਰਮਰ ਹਾਂ। ਫਾਰਮਰ ਦੇ ਵਿੱਚ ਗੁਰੂ ਨਾਨਕ ਨੇ ਕਿਹਾ ਨਾ ਉੱਤਮ ਖੇਤੀ ਦੇ, ਅਸੀਂ ਉਹ ਅਪਣਾ ਲਈ। ਅਤੇ ਉੱਤਮ ਖੇਤੀ 'ਚ ਇੱਕੋ ਹੀ ਫਾਇਦਾ ਆ ਵੀ ਤੁਸੀਂ ਬਾਹਲੀ ਹੇਰਾਫੇਰੀ ਨਹੀਂ ਕਰ ਸਕਦੇ, ਕੋਈ ਚਾਹੁੰਦੇ ਹੋਇਆ ਵੀ ਨਹੀਂ ਕਰ ਸਕਦਾ। ਅਤੇ ਗੱਲ ਤਾਂ ਸੁਸਾਇਟੀ ਵਿੱਚ ਕਿਸੇ ਫੀਲਡ ਵਿੱਚ ਵੀ ਚਲੇ ਜਾਓ, ਉੱਥੇ ਇਮਾਨਦਾਰ ਬੰਦੇ ਲੱਭਣ ਦੀ ਗੱਲ ਆ। ਬੰਦੇ ਬਹੁਤੇ ਆ, ਬਹੁਤੇ ਹੀ ਉਹ ਪ੍ਰੋਫੈਸ਼ਨ ਕਰਦੇ, ਉਹਦੇ ਪ੍ਰੋਫੈਸ਼ਨ 'ਚੋਂ ਕਿੰਨੇ ਕੁ ਰੀਜਨੇਬਲ ਆ ਅਤੇ ਕਿੰਨੇ ਕੁ ਜਿਹੜੇ ਉਸ ਤੋਂ ਰੀਜਨੇਬਲ ਤੋਂ ਉੱਪਰ ਆ, ਕਿੰਨੇ ਥੱਲੇ ਵਾਲੇ ਆ। ਆਪਾਂ ਨੂੰ ਜਿੱਦਾਂ ਜਸਟਿਸ ਜੋਰਾ ਸਿੰਘ ਹੁਣੀ ਅਤੇ ਹੋਰ ਜਿਹੜੀ ਟੀਮ ਆ, ਸਾਡੀ ਸਾਰਿਆਂ ਦੀ ਇਹੋ ਹੀ ਇੱਕ ਐਫਰਟ ਆ ਵੀ ਅਸੀਂ ਜਿਹੜੇ ਰੀਜਨੇਬਲ ਬੰਦੇ ਆ, ਬੈਸਟ ਬੰਦੇ ਆ, ਉਹ ਲੱਭਣੇ ਆ। ਅਤੇ ਅੱਜ ਗੁਪਤਾ ਸਾਹਿਬ ਨੇ ਗੱਲ ਕੀਤੀ ਧਰਮ ਦੀ ਅਤੇ ਲਿੰਕਨ ਦੀ, ਉਹ ਸਾਰੀਆਂ ਚੀਜ਼ਾਂ
ਸੁਖਮਨੀ ਸਾਹਿਬ ਦੀ ਇੱਕ ਤੁਕ ਆਉਂਦੀ ਹੈ, ਅਸੀਂ ਸਾਰੇ ਰਿਲੀਜੀਅਸ ਹੋਣ ਦਾ ਡਰਾਮਾ ਕਰਦੇ ਹਾਂ ਪਰ ਰਿਲੀਜੀਅਸ ਬਣਦੇ ਨਹੀਂ। ਸੁਖਮਨੀ ਸਾਹਿਬ ਦੀ ਤੁਕ ਆ ਵੀ ਸਭ ਧਰਮ ਤੋਂ ਸ੍ਰੇਸ਼ਟ ਧਰਮ ਜਾਂ ਹਰ ਨਾਮ ਨਿਰਮਲ ਕਰਮ, ਸਰਬ ਧਰਮ ਮੈਂ ਉਹ ਦੂਜੀ ਆ, ਸਭ ਧਰਮ ਤੋਂ ਸ੍ਰੇਸ਼ਟ ਧਰਮ, ਸਾਰਿਆਂ ਤੋਂ ਉੱਚਾ ਧਰਮ ਉਹ ਆ ਜਿੱਥੇ ਬੰਦਾ ਪਰਮਾਤਮਾ ਦਾ ਨਾਂ ਲੈਂਦਾ ਤੇ ਜਿਹੜਾ ਕਰਮ ਆ ਉਹ ਵਧੀਆ ਕਰਦਾ। ਗੱਲ ਆਪਾਂ ਨੀ ਦੁਨੀਆਦਾਰੀ ਚ ਕਰਮਾਂ ਤੇ ਮੁੱਕਦੀ ਆ ਕੇ, ਕਿ ਜੇ ਆਪਾਂ ਕਰਮ ਆਪਦਾ ਵਧੀਆ ਕਰਦੇ ਹਾਂ, ਉਹ ਵਕੀਲਾਂ ਦਾ ਫੀਲਡ ਲੈ ਲਓ, ਉਹ ਡਾਕਟਰਾਂ ਦਾ ਲੈ ਲਓ, ਉਹ ਤੁਸੀਂ ਜਸਟਿਸ ਸਿਸਟਮ ਲੈ ਲਓ, ਮੈਡੀਕਲ ਸਿਸਟਮ ਲੈ ਲਓ, ਪਰ ਉਹਨੂੰ ਲੱਭਣ ਲਈ ਜਿੱਦਾਂ ਸਾਡੇ ਕੋਲ ਇਸ ਵੇਲੇ ਇਸ ਫੀਲਡ ਦੇ ਵਿੱਚ ਡਾਕਟਰ ਜੋਰਾ ਸਿੰਘ, ਕਿਉਂਕਿ ਇਹਨਾਂ ਦਾ ਜਸਟਿਸ ਦਾ ਐਕਸਪੀਰੀਅੰਸ ਵੀ ਹੈ, ਤੇ ਸਾਡੀ ਇਹ ਗਾਈਡਲਾਈਨ ਬਣਦੇ ਆ, ਬਾਕੀ ਹੋਰ ਜਿਹੜੇ ਜਿੰਨੇ ਵੀ ਇੰਟਲੈਕਚੁਅਲ ਡਾਕਟਰਸ ਹੋਰ ਬੰਦੇ ਹੈਗੇ ਆ ਜਿਹੜੀ ਆਪਣੀ ਟੀਮ ਵਿੱਚ ਹੈਗੇ ਆ, ਉਹ ਸਾਰਿਆਂ ਨੂੰ ਉਸ ਲੈਵਲ 'ਤੇ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਅਸੀਂ ਸਾਰੇ ਜਣੇ ਉਹਨਾਂ 'ਤੇ ਟਰੱਸਟ ਕਰ ਸਕੀਏ। ਗੱਲ ਤਾਂ ਟਰੱਸਟ ਦੀ ਆ, ਪਰ ਟਰੱਸਟ ਕਰਨ ਲਈ ਸਾਡੇ ਕੋਲ ਵੀ ਆਰ ਆਲ ਇੰਟੈਲੀਜੈਂਟ ਇਨਾਫ, ਐਂਡ ਜਿਹੜੇ ਬੰਦੇ ਉਸ ਫੀਲਡ ਦੇ ਸਾਡੇ ਕੋਲ ਹੈਗੇ ਆ ਤਾਂ ਦੇ ਵੀ ਆਈ ਥਿੰਕ ਉਹ ਵੀ ਓਨੈਸਟ ਹੋਣਗੇ ਅਤੇ ਅੱਗੇ ਓਨੈਸਟ ਬੰਦਿਆਂ ਨੂੰ ਉਹ ਅਪੁਆਇੰਟ ਕਰਨਗੇ ਜਿਨ੍ਹਾਂ 'ਤੇ ਅਸੀਂ ਟਰੱਸਟ ਕਰ ਸਕੀਏ। ਅਤੇ ਬਾਕੀ ਹਰ ਸੁਸਾਇਟੀ 'ਚ ਹੀ ਬੰਦੇ ਸ਼ੈਲ ਲਾਉਣ ਵਾਲੇ ਬੈਠੇ ਆ, ਬੰਦੇ ਹੈਲਪ ਕਰਨ ਵਾਲੇ ਬੈਠੇ ਆ। ਅਸੀਂ ਤਾਂ ਗੈਰੀ ਸਾਹਿਬ ਨਾਲ ਜਦੋਂ ਸ਼ੁਰੂ ਕੀਤਾ ਕੰਮ, ਇਹਨਾਂ ਨੇ ਪਹਿਲਾਂ ਤੋਂ ਹੀ ਇਹਨਾਂ ਦੀ ਫਾਊਂਡੇਸ਼ਨ ਤੋਂ ਹੀ ਆਈ ਐਮ ਵਿਦ ਹੈਮ, ਕਿ ਮੈਂ ਇਹਨਾਂ ਤੋਂ ਪੁੱਛਿਆ ਵੀ ਨਹੀਂ ਕੀ ਕਰਦੇ ਤੁਸੀਂ, ਜਦੋਂ ਹੀ ਇਹਨਾਂ ਨੇ ਦੱਸਿਆ ਵੀ ਅਸੀਂ ਆਹ ਸਾਡਾ ਵਿਜ਼ਨ ਹੈਗੀ ਆ, ਅਸੀਂ ਸੁਸਾਇਟੀ 'ਚ ਕਰਨ ਜਾ ਰਹੇ ਹਾਂ, ਅਤੇ ਆਈ ਹੈਵ ਬਿਨ ਵਿਦ ਹੈਮ ਆਲ ਦਾ ਟਾਈਮ, ਅਤੇ ਮੈਂ ਵੀ ਤੁਹਾਡੇ ਸਾਰਿਆਂ ਨੂੰ ਇਸ ਟੀਮ ਦੇ ਵਿੱਚ ਆਈ ਵੈਲਕਮ ਯੂ ਆਲ, ਐਂਡ ਹੋਪ ਹੋਪਫੁਲੀ ਅਵਰ ਮਿਸ਼ਨ ਵਿਲ ਬੀ ਵੈਰੀ ਐਗਜ਼ੈਂਪਲਰੀ ਸਕਸੈਸਫੁਲ। ਕੋਈ ਨਹੀਂ ਹਰਭਜਨ ਜੀ, ਤੁਹਾਡੇ ਫਾਰਮ ਦੇ ਵਿੱਚ ਬੜਾ ਅੱਛਾ ਸੈਟਅਪ ਸਿਸਟਮ ਕੀਤਾ ਹੋਇਆ, ਚਰਨਜੀਤ ਬਾਠ ਨੇ ਵੀ ਕੀਤਾ ਹੋਇਆ, ਅਤੇ ਫਿਜੀ ਇਹਦੇ ਉੱਤੇ ਅਸੀਂ ਗਾਹਾਂ ਦਾ ਟ੍ਰਿਪ ਉੱਥੇ ਬਣਾਉਣੇ ਹੈਗੇ ਆ, ਵੀ ਵਿਲ ਵਰਕ ਆਨ ਦੈਟ। ਓਕੇ ਜੀ, ਆਪਣੇ ਚੀਮਾ ਸਾਹਿਬ 'ਤੇ ਆਵਾਂ, ਕੈਨੇਡਾ ਵਾਲਿਆਂ ਦੇ, ਕੈਨੇਡਾ 'ਚ ਮੈਂ ਵੈਨਕੂਵਰ ਤੋਂ ਲਿਆਉਣੇ ਸੀ, ਕੁਛ ਹੋਰ ਆ, ਪਰ ਚੀਮਾ ਸਾਹਿਬ ਇਕੱਲੇ ਕੰਟਰੋਲ ਕਰਦੇ ਉੱਥੇ ਹੁਣ ਅੱਜ ਕੱਲ੍ਹ। ਚਲੋ ਚੀਮਾ ਸਾਹਿਬ, ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਗੈਰੀ ਜੀ, ਸਾਰਿਆਂ ਨੂੰ ਸੁਣਿਆ ਵਿਚਾਰ ਬਹੁਤ ਵਧੀਆ ਲੱਗੇ। ਬੇਸਿਕ ਚੀਜ਼ ਹੈ ਕਿ ਜਦੋਂ ਐਨ ਆਰ ਆਈ ਦੀ ਪ੍ਰੋਬਲਮ ਇੰਡੀਆ ਹੁੰਦੀ ਜਾਣਾ ਉਹਨਾਂ ਨੇ, ਅਤੇ ਇੱਕ ਲੀਗਲ ਇਸ਼ੂਜ਼ ਆਉਂਦੇ ਨੇ ਪ੍ਰੋਪਰਟੀ ਅਤੇ ਦੂਜੇ ਮੈਡੀਕਲ ਦੇ ਆਉਂਦੇ ਨੇ, ਅਤੇ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਉਹੀ ਟਰੱਸਟ ਦੀ ਹੀ ਆ ਜਾਂਦੀ ਹੈ, ਜਿਵੇਂ ਸਾਰਿਆਂ ਨੇ ਦੱਸਿਆ, ਗਰੇਵਾਲ ਜੀ ਨੇ ਦੱਸਿਆ, ਸਮਰ ਸਾਹਿਬ ਨੇ ਦੱਸਿਆ, ਅਤੇ ਮੇਰੇ ਖਿਆਲ ਟਰੱਸਟ ਬਿਲਡ ਕਰਨ ਵਾਸਤੇ ਹੀ ਜਿਹੜੀ ਸਰਵਿਸਿਸ ਸਟਾਰਟ ਕੀਤੀਆਂ ਨੇ ਉਹਦੇ ਵਾਸਤੇ ਮਿਸਟਰ ਗੈਰੀ ਗਰੇਵਾਲ ਅਤੇ ਸਾਰੇ ਕੋ ਫਾਊਂਡਰ ਆਊਟ ਆਫ ਐਨ ਆਰ ਆਈ ਪ੍ਰੈਸ ਕਲੱਬ ਵੱਲੋਂ, ਅਤੇ ਪੰਜਾਬ ਦੇ ਵਿੱਚ ਇਨੀਸ਼ੀਏਟਿਵ ਲੈਣ ਵਾਸਤੇ ਸਾਰਾ ਕੰਮ ਕਰਨ ਲਈ ਜਸਟਿਸ ਜੋਰਾ ਸਿੰਘ, ਸਾਰੇ ਵਧਾਈ ਦੇ ਪਾਤਰ ਨੇ, ਕਿਉਂਕਿ ਇਹਦੇ ਨਾਲ ਸਾਰਾ ਟਰੱਸਟ ਬਿਲਡ ਹੋਏਗਾ, ਟਰੱਸਟ ਬਿਲਡ ਹੋ ਗਿਆ ਤਾਂ ਸਾਰਾ ਕੰਮ ਹੋ, ਸਾਰਿਆਂ ਦੀ ਹੈਲਪ ਹੋ ਜਾਏਗੀ, ਬੋਥ ਵੇਸ ਹੋ ਜਾਏਗੀ। ਸੋ ਇਹਦੇ ਵਾਸਤੇ ਤਾਂ ਮੈਂ ਕਹਿੰਦਾ ਵੀ ਇੰਨਾ ਕੀ ਬਹੁਤ ਹੈ। ਉਹਦੇ ਵਾਸਤੇ ਜਿਵੇਂ ਦੱਸਿਆ ਕਿ ਵੈਬਸਾਈਟ 'ਤੇ ਸਾਰੇ ਨੰਬਰ ਐਵਰੀਥਿੰਗ ਸਾਰੇ ਉੱਥੋਂ ਸਰਚ ਨਹੀਂ ਕਰ ਸਕਦੇ, ਲੱਭ ਸਕਦੇ। ਉਹਦੇ ਵਾਸਤੇ ਜਿਹੜਾ ਸੈਂਟਰਲ ਆਫਿਸ ਦਾ ਸੀ ਵੀ ਬੰਦਾ ਉੱਥੇ ਆਪਣੀ ਪ੍ਰਪੋਜ਼ਲ ਦੱਸੇ, ਡਿਮਾਂਡ ਦੱਸੇ, ਅਤੇ ਉਹ ਬੈਸਟ ਸਲਿਊਸ਼ਨ ਉਹਨਾਂ ਨੂੰ ਰੈਕਮੈਂਡ ਕਰ ਦਿੰਦੇ। ਗੁਪਤਾ ਸਾਹਿਬ ਨੇ ਵੀ ਸਪੋਰਟ ਕੀਤਾ ਸਾਰਾ, ਇੰਟੈਲੈਕਚੁਅਲ ਲੈਵਲ ਦੀ ਸਾਡੀ ਕਮੀ ਹੈ, ਮੈਂ ਥੋੜਾ ਡਿਸਐਗਰੀ ਕਰਦਾ, ਇੰਟੈਲੈਕਚੁਅਲ ਲੈਵਲ ਦੀ ਕੋਈ ਕਮੀ ਨਹੀਂ, ਸਾਰੀ ਕੰਪੀਟੈਂਸ ਹੈਗੀ ਹੈ, ਅਵੇਲੇਬਲ, ਰੌਲਾ ਸਿਰਫ ਪ੍ਰਾਇਓਰਟੀ ਚੇਂਜ ਹੋ ਗਈਆਂ। ਹੁਣ ਵਿਜ਼ਨ ਦੀ ਜਿਹੜੀ ਗੱਲ ਹੈ, ਵਿਜ਼ਨ ਆਪਣੇ ਤੱਕ ਸੀਮਤ ਹੋ ਗਿਆ, ਸੈਂਟਰ ਲਈ ਜ਼ਿਆਦਾ, ਪਬਲਿਕ ਲਈ ਘੱਟ ਹੈ, ਮੇਰਾ ਖਿਆਲ ਇੱਥੇ ਜ਼ਿਆਦਾ ਫਰਕ ਹੈ, ਵੀ ਨੀਡ ਟੂ ਕਮ ਟੂ ਦੈਟ। ਉਹਦੇ ਵਾਸਤੇ ਜਿਵੇਂ ਡਾਕਟਰ ਸਮਰ
ਆਪਣੇ ਸਮਰਾ ਜੀ ਨੇ ਦੱਸਿਆ ਸੀਗਾ ਕਿ ਜਿਹੜਾ ਬੈਸਟ ਕੰਮ ਹੈਗਾ, ਕੰਮ ਕੋਈ ਵੀ ਕਰ ਲਓ ਪਰ ਗੱਲ ਹੈ ਇੰਟੈਂਸ਼ਨ ਠੀਕ ਹੋਣੀ ਚਾਹੀਦੀ, ਉੱਥੇ ਜੋ ਇੰਟੈਂਸ਼ਨ ਠੀਕ ਹੋ ਜਾਏਗੀ ਤਾਂ ਇੰਟਲੈਕਚੁਅਲ ਵੀ ਕੰਮ ਕਰੇਗਾ। ਅਗੇਨ ਸਾਰੀ ਟੀਮ ਨੂੰ, ਗੈਰੀ ਜੀ ਨੂੰ, ਕੋ ਫਾਊਂਡਰ ਸਾਰੇ, ਜਸਟਰ ਜੋਰਾ ਸਿੰਘ ਅਤੇ ਹੋਰ ਜਿੰਨੇ ਡਾਕਟਰ ਨੇ ਸਾਰਿਆਂ ਨੂੰ ਵਧਾਈ। ਹਾਂ, ਜਸਟਰ ਜੋਰਾ ਸਿੰਘ ਨੇ ਇੱਕ ਮੈਨੂੰ ਜ਼ਰੂਰਤ, ਮੈਂ ਵੀ ਇੰਡੀਆ ਮਿਲ ਕੇ ਆਇਆ ਸੀ ਪਿੱਛੇ, ਜਿਹਦਾ ਬਹੁਤ ਅੱਛਾ ਲੱਗਿਆ ਜੋ ਸੁਣਦੇ ਦੇਖਦੇ ਉਹੀ ਸੀ, ਜਿਹੜਾ ਡਾਕਟਰ ਨਈਅਰ ਵਾਸਤੇ, ਡਾਕਟਰ ਬਿਰਦੀ ਵਾਸਤੇ, ਡਾਕਟਰ ਗੁਪਤਾ ਵਾਸਤੇ ਮੈਨੂੰ ਕਿਹਾ ਸੀ ਮੈਨੂੰ ਵਾਸਤੇ, ਅਤੇ ਮੈਂ ਅਨਫਾਰਚੁਨੇਟ ਕਿ ਨਹੀਂ ਮਿਲ ਸਕਿਆ। ਨੈਕਸਟ ਟਾਈਮ ਮੈਂ ਜ਼ਰੂਰ ਮਿਲਾਂਗੇ। ਥੈਂਕ ਯੂ ਜੀ। ਥੈਂਕ ਯੂ ਜੀ। ਕਿੰਮੀ ਵਰਮਾ ਜੀ, ਅਵਾਰਡ ਨਾਈਟ ਦਾ ਆਪਣੇ ਦੋ ਪ੍ਰੋਜੈਕਟ ਵੱਡੇ ਹੈਗੇ ਆ, ਜਸਟ ਜੋਰਾ ਸਿੰਘ ਨੇ ਕੰਸਲਟ ਆ, ਮੈਡੀਕਲ ਟੂਰਿਜ਼ਮ ਤਾਂ ਹੋ ਗਿਆ ਸੈੱਟ ਹੋ ਗਿਆ ਇਹ 1.5-2 ਸਾਲ ਤੋਂ, ਬਹੁਤੇ ਅਸੀਂ ਬਾਹਰਲੇ ਬੰਦੇ ਇਨਵੋਲਵ ਕੀਤੇ, ਪਰ ਇਹ ਜਸ ਜੋਰਾ ਸਿੰਘ ਨੇ ਰਲ ਕੇ ਅਸੀਂ ਘਰੇ ਲਾ ਤਾ ਇਹਨੂੰ। ਹੁਣ ਕੁਐਸਚਨ ਆਉਂਦਾ ਹੈਗਾ ਇਹਦੇ ਨਾਲ ਆਫਿਸ ਖੁੱਲ ਜਾਏਗਾ, ਦੇਰ ਇਜ਼ ਅ ਫਾਈਨ। ਬਾਕੀ ਆਫਿਸ ਦੇ ਨਾਲ ਅਸੀਂ ਦੋ ਚੀਜ਼ਾਂ ਕਰ ਰਹੇ ਹਾਂ, ਮੈਡੀਕਲ ਟੂਰਿਜ਼ਮ ਪਲੱਸ ਡਿਬੇਟਸ। ਐਨ ਆਰ ਜਿਹੜੀ ਪ੍ਰੈਸ ਇਨ ਆ, ਉਹ ਨਿਊ ਐਂਟੀਟੀ ਆ, ਉਹ ਬਿਲਕੁਲ ਹੀ ਅਸੀਂ UK ਵਾਲੇ, ਚਰਨਜੀਤ ਗੋਰੇਵਾਲ, ਦਰਸ਼ਨ ਅਤੇ ਸਾਰੇ ਇਨਵੋਲਵ ਨੇ, ਫਿਜੀ ਵਾਲੇ ਇਨਵੋਲਵ ਨੇ। ਸੋ ਵੀ ਹੈਵ ਏ ਗਰੁੱਪ ਲਾਈਕ ਦਿਸ ਐਂਡ ਫੀਡਿੰਗ ਏ ਪੰਜਾਬ ਐਂਡ ਡਿਬੇਟਸ ਵਿਲ ਬੀ ਕੰਟੀਨਿਊ। ਅਸੀਂ ਉਹਨੂੰ ਬਹੁਤ ਚੱਕ ਰਹੇ ਹਾਂ ਉੱਪਰ ਲੈਵਲ 'ਤੇ, ਕਿਉਂਕਿ ਵੀ ਹੈਵ ਟੂ ਐਜੂਕੇਟ ਦੀਜ਼ ਪੀਪਲ, ਕਿਉਂਕਿ ਉੱਥੇ ਐਜੂਕੇਟ ਕਰਨ ਦੀ ਲੋੜ ਆ, ਥੋੜ੍ਹਾ ਡੰਡੇ ਨਾਲ ਵੀ ਕਰਨ ਦੀ ਲੋੜ ਹੈ, ਕਿਉਂਕਿ ਜਸਟ ਜੋਰਾ ਸਿੰਘ ਅੰਡਰਸਟੈਂਡ ਕਰਦੇ ਇਹਨਾਂ ਚੀਜ਼ਾਂ ਚੰਗੀ ਤਰ੍ਹਾਂ। ਇਹ ਤਾਂ ਮੈਂ ਆ ਰਿਹਾ ਅਵਾਰਡ ਨਾਈਟ ਦਾ, ਤੁਸੀਂ ਕੀ ਕਹਿੰਦੇ ਹੋ ਕਿ ਇਹਦੇ ਵਿੱਚ ਕੀ ਛੋਟੇ 2 ਮਿੰਟ ਦੇ ਵਿੱਚ ਜ਼ਿਆਦਾ ਟਾਈਮ ਲਿਓ, ਕਿਉਂਕਿ ਸ਼ੌਰਾ ਸਿੰਘ ਜੀ ਕਲੋਜ਼ ਕਰਦੇ, 2 ਮਿੰਟ ਲੈ ਸਕਦੇ। ਹਾਂਜੀ, ਥੈਂਕ ਯੂ ਜੀ। ਕਿੰਮੀ ਵਰਮਾ ਜੀ, ਅਵਾਰਡ ਨਾਈਟ ਦਾ ਇਹ ਜਿਵੇਂ ਪਿਛਲੀ ਵਾਰ ਵੀ ਕਿਹਾ ਸੀਗਾ ਵੀ ਤੁਸੀਂ ਦੇਖੋ ਵੀ ਕਦੋਂ ਕਰ ਸਕਦੇ ਹੋ, ਤੇ ਉਹ ਜਿਹੜਾ ਫੰਕਸ਼ਨ ਹੋਗਾ ਉਹਦੇ ਤੇ ਆਪਾਂ ਮੈਡੀਕਲ ਟੂਰਿਜ਼ਮ ਆਪਣੇ ਇਸ ਵਿਜ਼ਨ ਨੂੰ ਬਹੁਤ ਵੱਡੇ ਤਰੀਕੇ ਨਾਲ ਇੰਟਰੋਡਿਊਸ ਕਰੀਏ ਉੱਥੇ, ਕਿਉਂਕਿ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਹਨਾ, ਜੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕੀਏ, ਤੇ ਜਿਹੜਾ ਅਵਾਰਡ ਨਾਈਟ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜੀ ਤਰੀਕ ਨੂੰ ਜਦੋਂ ਕਰਨਾ ਆਪਾਂ ਉਹ ਸਾਰਾ ਅਰੇਂਜ ਕਰੀਏ, ਔਰ ਉੱਥੇ ਬਿਲਕੁਲ ਇਹਦਾ ਆਪਾਂ ਅਨਾਊਂਸਮੈਂਟ ਬਹੁਤ ਵੱਡੀ ਕਰੀਏ। ਇਟਸ ਵੈਰੀ ਗੁੱਡ। ਅਵਾਰਡ ਨਾਈਟ ਦੇ ਨਾਲ ਨਾਲ ਪ੍ਰਮੋਟ ਕਰਨ ਦੇ ਨਾਲ ਨਾਲ ਅਸੀਂ ਜਿਹੜੇ ਕਿ ਟੌਪ ਦੇ ਬੰਦੇ ਵਰਲਡ ਦੇ ਵਿੱਚ NRI ਨੇ ਕੁਛ ਕੀਤਾ ਕੌਮ ਦੀ ਖਾਤਰ, ਚਾਹੇ ਉਹ ਅਮੀਰ ਹੋਵੇ, ਗਰੀਬ ਹੋਵੇ, ਜਿਹਨੇ ਵੀ ਕੁਛ ਕੀਤਾ, ਇਨੋਵੇਟਰਸ, ਉਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ। ਔਰ ਪੰਜਾਬ ਦੇ ਬੰਦੇ ਜਿਹੜੇ ਅੱਛੇ ਇਮਾਨਦਾਰ ਹੋਣਗੇ, ਅੱਛੇ ਤਰੀਕੇ ਨਾਲ ਡਾਕਟਰ ਨਾਇਰ ਜੀ ਸਾਨੂੰ ਰਿਕਮੈਂਡ ਕਰਨਗੇ, ਜੋਰਾ ਸਿੰਘ ਜੀ ਕਰਨਗੇ, ਹੋਰ ਆ ਉਹ ਬੰਦੇ, ਉਹਨਾਂ ਨੂੰ ਅਵਾਰਡ ਦਿੱਤੇ ਜਾਣਗੇ। ਵੀ ਵਿਲ ਬ੍ਰਿੰਗ ਟੂਗੈਦਰ ਲਾਈਕ ਦੈਟ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵੀ ਆਰ ਓਕੇ। ਸ਼ੌਰਤ ਸਿੰਘ ਜੀ, ਤੁਸੀਂ ਬੜੇ ਤਰੀਕੇ ਨਾਲ ਕਲੋਜ਼ ਕਰ ਦਿਓ ਜੀ, ਪਲੇ ਨੂੰ ਕਰਕੇ, ਫਿਰ ਜੇ ਕਿਸੇ ਨੇ ਟਾਈਮ ਹੋਰ ਲੈਣਾ, ਵੀ ਕੈਨ ਗਿਵ ਦੈਟ ਟਾਈਮ, ਨੋ ਪ੍ਰੋਬਲਮ। ਜਸਟ ਜੋਰਤ ਸਿੰਘ ਜੀ ਆਉਣ, ਦੋ ਮਿੰਟ। ਥੈਂਕ ਯੂ, ਥੈਂਕ ਯੂ ਗੈਰੀ ਜੀ, ਐਂਡ ਗ੍ਰੀਟਿੰਗਸ ਟੂ ਆਲ ਦਾ ਪੈਨਲ ਮੈਂਬਰਸ। ਵੇਖੋ, ਮੈਂ ਸਮਝਦਾ ਕਿ ਜਦੋਂ ਆਪਾਂ NRIs ਦੀ ਗੱਲ ਕਰਦੇ ਹਾਂ ਤਾਂ ਆਪਾਂ ਉਹਨਾਂ ਇੰਡੀਅਨਸ ਦੀ ਗੱਲ ਕਰਦੇ ਹਾਂ, ਨੌਨ ਰੈਜ਼ੀਡੈਂਟ ਇੰਡੀਅਨਸ ਦੀ, ਜਿਹੜੇ ਵਿਕਸਿਤ ਦੇਸ਼ਾਂ ਵਿੱਚ ਰਹਿੰਦੇ ਨੇ। ਅਤੇ ਜਿਹੜੇ ਦੋਵੇਂ ਇਸ਼ੂ ਨੇ ਉਠਾਏ, ਗੇਰੀ ਜੀ ਨੇ ਬੜਾ ਸੋਚ ਸਮਝ ਕੇ NRI ਪ੍ਰੈਸ ਕਲੱਬ ਵੱਲੋਂ, ਇਹ ਦੋਵੇਂ ਇਸ਼ੂ ਨੇ ਵਿਚ ਹੈਵ ਬਿਨ ਬਾਦਰਿੰਗ ਦੈਮ ਫੋਰ ਏ ਲੋਂਗ ਟਾਈਮ, ਬਿਕੋਜ਼ ਦੇ ਹੈਡ ਅ ਵੈਰੀ ਬੈਟਰ ਐਕਸਪੀਰੀਅੰਸ ਫਰੋਮ ਬੋਥ ਸਾਈਡਸ, ਮੈਡੀਕਲ ਸਾਈਡ ਐਂਡ ਲੀਗਲ ਸਾਈਡ, ਪ੍ਰੋਟੈਕਸ਼ਨ ਸਾਈਡ, ਪੁਲਿਸ ਵੱਲੋਂ, ਜਾਂ ਕੋਈ ਜਿਹੜਾ ਵੀ ਕੋਈ NRI ਇਸ ਵਿਕਸਿਤ ਦੇਸ਼ 'ਚੋਂ ਜਾਂਦਾ ਹੈ, ਕਿਉਂਕਿ ਇੱਥੇ ਇਹ ਦੋਵੇਂ ਸੁਵਿਧਾਵਾਂ ਜਿਹੜੀਆਂ ਬੜੀਆਂ ਔਰਗਨਾਈਜ਼ ਨੇ, ਮੈਡੀਕਲ ਵੀ ਅਤੇ ਲੀਗਲ ਵੀ। ਜਿਸ ਤਰ੍ਹਾਂ ਗਰੀ ਉਹਨਾਂ ਨੇ ਆਖਿਆ ਕਿ ਇੱਥੇ ਪੁਲਿਸਮੈਨ ਜਿਹੜਾ ਉਹ ਸਾਡਾ ਦੋਸਤ ਲੱਗਦਾ ਸਾਨੂੰ, ਉੱਥੇ ਸਾਨੂੰ ਪੁਲਿਸਮੈਨ ਵੇਖ ਕੇ ਦੂਰੋਂ ਹੀ ਅਤੇ ਉਹ ਦੂਸਰੇ ਪਾਸੇ ਨੂੰ ਬੰਦਾ ਹੋ ਜਾਂਦਾ, ਅੱਗੇ ਮਾਮਾ ਖਲੋਤਾ, ਦੂਸਰੇ ਪਾਸੇ ਚਲੇ ਜਾਓ। ਸੋ ਇਹ ਦੋ ਇਸ਼ੂ ਨੇ ਜਿਹੜੇ ਇਹ ਬੜੇ ਸੋਚ ਵਿਚਾਰ ਕੇ ਚੁੱਕੇ ਗਏ ਨੇ, ਅਤੇ ਇਹੋ ਹੀ ਜਿਹੜੇ ਨੇ ਵਿੱਚ ਡਰੈਡ ਦੀ NRI ਜਦੋਂ ਆਪਣੇ ਦੇਸ਼ ਵਿੱਚ ਜਾਂਦਾ। ਇਹ ਵੀ ਆਪਾਂ ਜਾਣਦੇ ਹਾਂ ਕਿ ਵਿਕਸਿਤ ਲੋਕ ਦੇਸ਼ਾਂ ਦੇ ਵਿੱਚ ਜਿੱਥੇ ਵੀ ਕੋਈ ਜਿਹੜਾ ਵੀ ਰਹਿੰਦਾ, ਜਿੰਨਾ ਮਰਜ਼ੀ ਉਹ ਸੁਖੀ ਰਹਿੰਦਾ, ਪਰ ਉਹਦਾ ਦਿਲ ਜਿਹੜਾ ਉਹ ਆਪਣੇ ਦੇਸ਼ ਵਾਸਤੇ ਹਮੇਸ਼ਾ ਧੜਕਦਾ ਰਹਿੰਦਾ।
ਉਹਦਾ ਬੜਾ ਜੀ ਕਰਦਾ ਜਾਣ ਨੂੰ, ਪਰ ਜਦੋਂ ਉਹ ਜਾ ਕੇ ਆਉਂਦਾ ਹੈ ਨਾ ਤੇ ਫਿਰ ਉਹਦਾ ਨਾ ਬੜਾ ਮਨ ਜਿਹੜਾ ਉਹ ਖੱਟਾ ਹੈ ਜਿਹੜਾ ਸਾਨੂੰ ਉਹ ਵੇਖਣ ਨੂੰ ਮਿਲਦਾ, ਉਸ ਚੀਜ਼ ਦਾ ਬੜਾ ਸੋਚ ਸਮਝ ਕੇ ਸੋਚ। ਇਹ ਜਿਹੜੇ ਦੋਵੇਂ ਇਸ਼ੂ ਨੇ, ਲੀਗਲ ਇਸ਼ੂ ਐਂਡ ਮੈਡੀਕਲ ਇਸ਼ੂ, ਇਹ ਬੜੇ ਸੋਚ ਵਿਚਾਰ ਕੇ ਗਹਿਰੀ ਉਹਨਾਂ ਨੇ ਚੁਣੇ ਨੇ। ਹੈਵਿੰਗ ਸੈਡ ਦੈਟ, ਜਿਹੜੇ ਦੋਵਾਂ ਪ੍ਰੋਫੈਸਰਸ ਨੇ ਗੱਲ ਕੀਤੀ ਆ, ਉਹ ਵੀ ਬੜੀ ਵੱਡੀ ਗੱਲ ਹੈ। ਨੈਰੇਟਿਵ ਬਿਲਡ ਕਰਨਾ ਔਰ ਵਿਜ਼ਨ ਜਿਹੜਾ, ਉਹ ਹੁਣ ਆਪਾਂ ਇੰਨੀ ਕੁ ਪਾਸਿੰਗ ਰੈਫਰੈਂਸ ਦੇ ਵਿੱਚ ਤਾਂ ਉਹਦੇ ਬਾਰੇ ਕੁਛ ਨਹੀਂ ਕਰ ਸਕਦੇ। ਮੈਂ ਸਮਝਦਾ ਕਿ ਫਰਜ਼ ਸਾਹਿਬ ਦੀ ਆਕਸਫੋਰਡ ਵਾਲਿਆਂ ਦੀ ਉਹ ਜਿਹੜੀ ਸੁਜੈਸ਼ਨ ਹੈ ਕਿ ਉਹਦੇ 'ਤੇ ਵੀ ਇੱਕ ਪੂਰਾ ਪ੍ਰੋਗਰਾਮ ਹੋਣਾ ਚਾਹੀਦਾ। ਦੈਟ ਇਜ਼ ਈਵਨ ਅਲਟੀਮੇਟਲੀ ਉਹ ਹੀ ਇੰਪੋਰਟੈਂਟ ਚੀਜ਼ ਜਿਹੜੀ ਹੈ, ਨੈਰੇਟਿਵ ਅਤੇ ਵਿਜ਼ਨ। ਜਦੋਂ ਉਹ ਸੈੱਟ ਹੋ ਜਾਂਦੇ ਆ, ਬਾਕੀ ਐਵਰੀਥਿੰਗ ਫਾਲਸ ਇਨ ਪਲੇਸ। ਸੋ ਉਹਦੇ ਵਾਸਤੇ ਆਪਾਂ ਵੱਖਰਾ ਇਸ਼ੂ ਲਵਾਂਗੇ, ਪਰ ਇਸ ਵੇਲੇ ਜਿਹੜਾ ਔਨ ਬੋਰਡ ਦੋਵੇਂ ਇਸ਼ੂ ਨੇ, ਮੈਡੀਕਲ ਇਸ਼ੂ ਔਰ ਲੀਗਲ ਇਸ਼ੂ, ਜਿਹਦੇ ਬਾਰੇ ਬੜੀ ਵੱਡੀ ਪ੍ਰੋਗਰੈਸ ਵੀ ਤੁਸੀਂ ਕਰ ਲਈ ਔਰ ਬੜੀ ਵਧੀਆ ਔਰਗਨਾਈਜੇਸ਼ਨ ਵੀ ਬਣ ਰਹੀ ਹੈ। ਆਈ ਥਿੰਕ ਆਲ ਪਾਵਰ ਟੂ ਇਟ ਐਂਡ ਵੀ ਸ਼ੁਡ ਗੋ ਫੋਰ ਇਟ। ਥੈਂਕ ਯੂ। ਥੈਂਕ ਯੂ ਸਾਰਾ ਸਿੰਘ ਜੀ। ਮੈਂ ਇਸ ਚੀਜ਼ ਤੋਂ ਇੱਕ ਮਿੰਟ ਕਿਵੇਂ ਜੀ ਥੋੜ੍ਹੇ ਤਿੰਨੇ ਬੰਦੇ ਪਾ ਰਹੇ, ਇੱਕ ਮਿੰਟ ਹੋਰ ਗੱਲ। ਪਾਰਟੀ ਕੋਈ ਵੀ ਹੋਵੇ, ਪੋਲੀਟੀਕਲ ਪਾਰਟੀ ਇੰਡੀਆ 'ਚ, ਦਰਸ਼ਨ ਗਰੇਵਾਲ ਜੀ ਨੇ ਮੇਰੀ ਓਪਨ ਹੁੰਦੀ ਹੈ, ਬੀਜੇਪੀ ਦੀ ਬੜੀ ਉੱਥੇ ਸੇਵਾ, ਕਿਉਂਕਿ ਇਹ 84 ਵੇਲੇ ਇੱਧਰ ਹੋ ਕੇ ਉਦੋਂ ਬਾਅਦ ਵਾਜਪਾਈ ਵੇਲੇ ਗਏ ਨੇ, ਉਦੋਂ ਬਾਅਦ ਥੋੜ੍ਹਾ ਜਿਹਾ ਹੁਣ ਟ੍ਰੈਂਡ ਚੇਂਜ ਹੋਇਆ ਮੋਦੀ ਸਾਹਿਬ ਤੋਂ ਬਾਅਦ, ਔਰ ਦੇ ਆਰ ਹੈਲਪਿੰਗ ਟੂ ਬ੍ਰਿੰਗ ਐਵਰੀਬਾਡੀ ਟੂਗੈਦਰ ਨਾਓ ਪੰਜਾਬ ਦੇ ਵਿੱਚ ਵੀ। ਸੋ ਵੀ ਆਰ ਵਰਕਿੰਗ। ਬਾਕੀ ਪੋਲੀਟੀਕਲ ਸਾਡੇ, ਚਾਹੇ ਕਾਂਗਰਸ ਪਟਰੋਲਾ ਸਾਹਿਬ ਨਾਲ ਮੇਰੀ ਗੱਲਬਾਤ ਕੱਲ੍ਹ ਹੁੰਦੀ ਸੀ, ਉਹਦਾ ਵੀ ਬੜਾ ਵੱਡਾ ਹੋਇਆ ਹੈਗਾ ਧਮਾਕਾ ਪਿਆ। ਸੋ ਸਾਡੀ ਪਾਰਟੀਆਂ ਦਾ ਕੋਈ ਮਤਲਬ ਨਹੀਂ, ਪਾਰਟੀ ਸਾਨੂੰ ਸਾਰੇ ਪਿਆਰ ਕਰਦੇ ਨੇ। ਐਜ਼ ਏ NRI ਸਾਡਾ ਪਰਪਜ਼ ਆ ਕਿ ਜਿਹੜੀਆਂ ਸਾਡੀਆਂ ਦਲਜੀਤ ਗਰੇਵਾਲ ਨੇ ਮੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਪਰਪਜ਼ ਹੋਰ ਵੀ ਸੀ, ਸਾਡੀਆਂ ਜ਼ਮੀਨਾਂ, ਸਾਡੇ ਘਰ, ਸਾਡਾ ਧੱਕਾ ਇੰਨਾ ਜ਼ਿਆਦਾ ਹੋਣਾ ਨਹੀਂ ਚਾਹੀਦਾ। ਮੇਰੇ ਕੋਲ ਇੱਥੇ ਬੰਦੇ ਰੋਂਦੇ ਆ, ਕਹਿੰਦੇ ਕਿਉਂ ਧੱਕਾ ਕਰਦੇ ਨੇ? ਮੈਂ ਕਿਹਾ ਉਹ ਇਹ ਗਰੀਬੀ ਆ, ਉਹ ਆ ਲਾਲਚ ਪੈ ਗਿਆ 75 ਸਾਲ ਦਾ, ਲੀਡਰਾਂ ਨੇ ਕੋਈ ਕੰਮ ਹੀ ਨਹੀਂ ਕੀਤਾ, ਇਸ ਕਰਕੇ ਪ੍ਰੋਬਲਮ ਆ। ਪ੍ਰੋਫੈਸਰ ਗੁਪਤਾ ਸਾਹਿਬ, ਆਪਣੇ ਡਾਕਟਰ ਸਾਹਿਬ, ਤੁਸੀਂ ਬੜਾ ਹੱਸਦੇ ਸੀ ਪਿਛਲੀ ਵਾਰੀ ਜਦੋਂ ਪੁਲਿਸਮੈਨ ਦੀ ਗੱਲ ਕੀਤੀ ਆ, ਉਹ ਇਸ ਕਰਕੇ ਕੀਤੀ ਆ, ਅਸੀਂ ਇਮੇਜ ਪੈਦਾ ਕਰ ਦੇਣਾ। ਨਾਓ ਟਾਈਮ ਇਜ਼ ਕਮ, ਵੀ ਆਰ ਆਲ ਐਸਟੈਬਲਿਸ਼ ਪੀਪਲ, ਕਮਿਊਨੀਕੇਟ ਥੋੜਾ ਜਿਹਾ ਟੈਕਨੋਲੋਜੀ ਹੈ, ਬ੍ਰਿੰਗ ਇਟ ਟੂਗੈਦਰ। ਨਾਓ ਬੰਦੇ ਦੀ ਹਿੰਮਤ ਨਹੀਂ ਪਏਗੀ ਕਿਸੇ ਦੀ ਬੇਈਮਾਨੀ ਕਰਨ ਦੀ ਵੀ। ਸੋ ਵੀ ਹੈਵ ਟੂ ਗੈਟ ਟੂਗੈਦਰ। ਜਸਟ ਜੋਰਾ ਸਿੰਘ ਜੀ, ਫਾਈਨਲ ਵਰਡ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਫਿਰ ਜੇ ਕਿਸੇ ਨੂੰ ਹੋਰ ਕਹਿਣਾ ਉਹ ਵੀ ਕਹਿ ਸਕਦੇ ਆ। ਜਸਟ ਜੋਰਾ ਸਿੰਘ ਜੀ, ਫਾਈਨਲ ਵਰਡਸ। ਸਾਰੇ ਪਾਰਟੀਸਪੈਂਟ ਹੈਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਅੱਛੇ ਵਿਚਾਰ ਪ੍ਰਗਟ ਕੀਤੇ ਹੈ। ਮੇਰੇ ਵੱਲੋਂ ਸਿਰਫ ਇੱਕ ਰਿਕੁਐਸਟ ਹੈਗੀ, ਵੀ ਤੁਹਾਨੂੰ ਜਿਹੜੀਆਂ ਕੋਈ ਡਿਫੀਕਲਟੀਜ਼ ਹੈਗੀਆਂ ਉਹ ਮੇਰੇ ਨੋਟਸ ਵਿੱਚ ਗਰੇਵਾਲ ਸਾਹਿਬ ਲਿਆਉਂਦੇ ਰਹੇ ਹੈ, ਔਰ ਅਸੀਂ ਉਹਨਾਂ ਨੂੰ ਸੋਲਵ ਕਰਨ ਵਾਸਤੇ ਆਪਾਂ ਇੱਕ ਟੀਮ ਬਣਾਈ ਆ, ਆਪਾਂ ਇੱਕ ਟੀਮ ਦੇ ਤੌਰ 'ਤੇ ਲਾਈਕ ਫੈਮਿਲੀ ਚੱਲਣਾ ਹੈਗਾ, ਕੋਈ ਬੈਕ ਬੈਟਿੰਗ ਨਹੀਂ ਹੋਏਗੀ, ਕੋਈ ਓਨੈਸਟਲੀ ਕੰਮ ਕਰਨਾ ਹੈਗਾ। ਇਹ ਮੇਰੀ ਗਰੰਟੀ ਹੈਗੀ ਆ ਵੀ ਤੁਹਾਨੂੰ ਕੋਈ ਲੀਗਲ ਸਾਈਡ ਤੋਂ, ਮੈਡੀਕਲ ਸਾਈਡ ਤੋਂ ਜਾਂ ਹੋਰ ਕਿਸੇ ਸਾਈਡ ਤੋਂ ਕੋਈ ਪ੍ਰੋਬਲਮ ਆਉਂਦੀ ਹੈ, ਆਈ ਐਮ ਹੇਅਰ, ਮੈਂ ਤੁਹਾਡੇ ਨਾਲ ਓਨੈਸਟਲੀ ਕੰਮ ਕਰਾਂਗਾ, ਔਰ ਨਾ ਅਪ ਟੂ ਯੂ ਵੀ ਆਪਾਂ ਕਿਸ ਤਰ੍ਹਾਂ ਚੱਲਣਾ ਗਿਆ, ਆਪਾਂ ਜੁਨਾਈਟਲੀ ਲਾਈਕ ਫੈਮਿਲੀ ਚੱਲਣਾ ਗਿਆ, ਔਰ ਇਹਨੂੰ ਜਿਹੜਾ ਮਿਸ਼ਨ ਆਪਾਂ ਸ਼ੁਰੂ ਕੀਤਾ ਗਿਆ ਇਹਨੂੰ ਆਪਾਂ ਪੂਰਾ ਕਾਮਯਾਬ ਕਰਨਾ। ਓਕੇ, ਥੈਂਕ ਯੂ ਜੀ। ਮੈਂ ਇੱਕ ਐਡ ਕਰਨਾ ਭੁੱਲ ਗਿਆ ਹੈਗਾ ਕਿ ਇਸ ਵਕਤ 7 ਸਟੇਸ਼ਨ ਨੇ ਜਿਹੜੇ ਸਾਡੇ, ਉਹਦੇ ਵਿੱਚ 2-2 ਡਾਕਟਰ, 2-2 ਹੋਸਪਿਟਲ, ਔਰ ਅਸੀਂ 2 ਹੀ ਬੈਂਕਾਂ, ਬੈਂਕਿੰਗ ਸਿਸਟਮ, ਅਕਾਊਂਟੈਂਟ, ਕੋਈ ਵੀ ਪ੍ਰੋਬਲਮ ਹੋਵੇ ਵਕੀਲਾਂ ਦੇ ਥਰੂ, 60 ਵਕੀਲ ਆ ਸਾਡੇ ਕੋਲ, ਡਾਕਟਰ ਨੇ 60, ਸਾਡੇ ਕੋਲ ਹੋਸਪਿਟਲ ਆ ਸਾਰੇ। ਸੋ ਇਸ ਕਰਕੇ ਜਿਹੜਾ ਨੈਟਵਰਕ ਬਣ ਰਿਹਾ ਬਹੁਤ ਅੱਛਾ ਬਣ ਚੁੱਕਿਆ ਹੈਗਾ ਆਲਰੇਡੀ, ਔਰ ਹੁਣ ਇਹਨੂੰ ਇੰਪਲੀਮੈਂਟ ਅਸੀਂ ਅੱਛੇ ਤਰੀਕੇ ਨਾਲ ਕਰਾਂਗੇ, ਸਾਡੇ ਕੋਲ ਟੀਮ ਬਹੁਤ ਵੱਡੀ ਹੈਗੀ ਆ। ਸੋ ਇਸ ਕਰਕੇ ਥੈਂਕ ਯੂ ਵੈਰੀ ਮੱਚ ਫਾਰ ਐਵਰੀਬਾਡੀ। ਥੈਂਕ ਯੂ ਜੀ। ਓਕੇ, ਦਰਸ਼ਨ ਗਰੇਵਾਲ ਸਪੈਸ਼ਲੀ ਤੁਹਾਡਾ ਇੰਗਲੈਂਡ ਤੋਂ, ਥੈਂਕ ਯੂ ਵੈਰੀ ਮੱਚ ਪ੍ਰੋਫੈਸਰ ਸਾਹਿਬ। ਓਕੇ ਜੀ, ਥੈਂਕ ਯੂ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ।